ਸੋ ਅੰਦੋਤੋ ਸਤ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਚੰਨ ਦੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਜ ਰਹੇ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਅਤੇ ਮਾਸਟਰ ਗ੍ਰੈਡੂਏਟ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਉਹ ਤੁਸੀਂ ਪਲੇਲਿਸ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਜੀਓਗ੍ਰਾਫੀ ਦਾ ਜਿਹੜਾ ਨੈਕਸਟ ਟੌਪਿਕ ਆ ਉਹ ਡਿਸਕਸ ਕਰਾਂਗੇ ਜੋ ਸਪੈਸ਼ਲੀ ਤੁਹਾਨੂੰ ਪੀਐਸਟੈਟ ਐਗਜ਼ਾਮ ਦੇ ਲਈ ਹੈਲਪਫਲ ਰਹੂਗਾ ਸੋ ਟੌਪਿਕ ਜਿਹੜਾ ਹੈ ਸਾਡਾ ਗਲੋਬਲ ਆ ਹੈ ਇਸ ਤੋਂ ਪਹਿਲਾਂ ਸੋਲਰ ਸਿਸਟਮ ਜਿਹੜਾ ਹੈ ਆਪਾਂ ਕੰਪਲੀਟ ਕਰ ਲਿਆ ਹੈ ਔਰ ਇਸ ਤੋਂ ਲਾਵਾ ਸਾਰੀ ਜਿਹੜੀ ਕਹਿ ਸਕਦੇ ਹੈਗੇਾਂਗੇ 6th ਕਲਾਸ ਤੋਂ ਲੈ ਕੇ 8th ਤੱਕ ਦੇ ਜਿਹੜੀ ਆਪਾਂ ਐਮਸੀਕਿਊ ਨੇ ਉਹ ਵੀ ਆਪਾਂ ਪੂਰੇ ਦੇ ਪੂਰੇ ਡਿਸਕਸ ਕਰ ਲਏ ਸੀ ਹੁਣ ਆਪਾਂ ਟੌਪਿਕ ਦੇ ਅਕੋਰਡਿੰਗ ਚੱਲ ਰਹੇ ਹਾਂ ਸੋ ਇੱਕ ਹੀ ਦਿਨ ਦੇ ਵਿੱਚ ਆਪਾਂ ਇੱਕ ਟੌਪਿਕ ਜਿਹੜਾ ਹੈ ਉਹ ਕੰਪਲੀਟ ਕਰ ਦਿਆ ਕਰਾਂਗੇ ਇਸੇ ਸੋ ਜੀਓਗ੍ਰਾਫੀ ਦਾ ਟਾਪਿਕ ਹੈ ਪੀਐਸਟ ਲਈ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਹੈਲਪਫੁਲ ਰਹੂਗਾ ਕਿਉਂਕਿ ਇਹਦੇ ਵਿੱਚੋਂ ਵੀ ਇੱਕ ਕੁਐਸਚਨ ਜਿਹੜਾ ਉਹ 100% ਆਵੇਗਾ ਹੀ ਆਵੇਗਾ ਸੋ ਜ਼ਿਆਦਾ ਵੀ ਹੋ ਸਕਦੇ ਨੇ ਬਟ ਇੱਕ ਜਿਹੜਾ ਹੈ ਉਹ 100% ਹੈ ਓਕੇ ਪਾਰਟ ਨੰਬਰ 8 ਹੈ ਸੋ ਇਸ ਤੋਂ ਪਹਿਲਾਂ ਜਿਹੜੇ ਹੈ 7 ਪਾਰਟ ਕੰਪਲੀਟ ਹੋ ਚੁੱਕੇ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋਗੇ ਹਾਂ ਜੀ ਸੋ so, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਦੀਆਂ ਰਹਿਣਗੀਆਂ ਗਰੁੱਪ ਪੇਡ ਹੈ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਉਸ ਦੇ ਵਿੱਚ ਐਡ ਹੋ ਸਕਦੇ ਹੋ ਸੋ ਧਿਆਨ ਰੱਖਿਆ ਜਾਵੇ ਕਿ ਜਿੰਨੀਆਂ ਕਲਾਸਾਂ ਲੱਗੀਆਂ ਨੇ ਤੁਹਾਨੂੰ ਸਾਰੀਆਂ ਉਹਨਾਂ ਦੀ ਹੀ PDF ਮਿਲੇਗੀ ਸੋ ਇਹ ਨਹੀਂ ਹੋਵੇਗਾ ਕਿ ਐਕਸਟਰਾ PDF ਹੋਵੇਗੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਸੋ ਜਿੰਨੀਆਂ ਕਲਾਸਾਂ ਲੱਗੀਆਂ ਨੇ ਅਗਰ ਤੁਸੀਂ ਉਸ ਟਾਈਮ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਤੁਸੀਂ ਉਹਨਾਂ PDF ਦੇ ਨਾਲ ਜਿਹੜਾ ਹੈ ਪੜ੍ਹ ਕੇ ਉਹ ਸਾਰੀਆਂ ਵੀਡੀਓ ਜਿੰਨੀਆਂ ਕਲਾਸਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਇੱਕ ਮੈਂਡ ਦੇ ਵਿੱਚ ਮਿਲ ਜਾਣੀਆਂ ਸੋ ਉਹ ਤੁਸੀਂ ਜਲਦੀ ਜਿਹੜੀਆਂ ਰੀਡ ਕਰ ਸਕੋਗੇ ਠੀਕ ਹੈ ਸੋ ਇਹ ਨਹੀਂ ਹੈ ਕੋਈ ਐਕਸਟਰਾ ਜਿਹੜੀ ਹੈ ਹੋਰ ਹੋਵੇਗੀ ਕਿ ਬਾਅਦ ਦੇ ਵਿੱਚ ਤੁਸੀਂ ਡਿਮਾਂਡ ਕਰੋ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਸ਼ਾਸ਼ਨ ਆਇਦਾ ਸੋ ਇਸ ਤੋਂ ਪਹਿਲਾਂ 350 ਕੁਚਨ ਜਿਹੜਾ ਜੀਓਗ੍ਰਾਫੀ ਦਾ ਉਹ ਕੰਪਲੀਟ ਹੋ ਚੁੱਕਿਆ ਹੈ ਸੋ ਮੋਸਟ ਮੋਸਟ ਇੰਪੋਰਟੈਂਟ ਹੈ ਸਾਰੇ ਹੀ ਐਮਸੀਕਿਊ ਜਿੰਨੇ ਅਸੀਂ ਅੱਪਾ ਡਿਸਕਸ ਕਰ ਰਹੇ ਹਾਂਗੇ ਓ ਇਹਨਾਂ ਜੇਕਰ ਤੁਸੀਂ ਪੀਡੀਐਫ ਲੈਣੀਆ ਚਾਹੁੰਦੇ ਆ ਤਾਂ ਪਹਿਲਾ ਜਿਹੜਾ ਨੰਬਰ ਦਿੱਤਾ ਗਿਆ ਉਸਤੇ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਇਹਨਾਂ ਸਾਰੀਆਂ ਕਲਾਸਾਂ ਦੀ ਜਿਹੜੀ ਪੀਡੀਐਫ ਆ ਉਹ ਮਿਲ ਜਾਵੇਗੀ ਓਕੇ ਜੀ ਸੋ ਅਸ ਦਾ ਪਹਿਲਾ ਕੁਐਸਚਨ ਹੈ ਸਾਡਾ ਜੀ ਧਰਤੀ ਦਾ ਨਮੂਨਾ ਸੋ ਅੱਜ ਟੋਟਲ ਜਿਹੜੇ ਆਪਾਂ 80 ਕੁਐਸਚਨ ਕਰਾਂਗੇ ਇਹ ਵੀ ਨੋਟ ਕਰ ਲੈਣਾ ਓਕੇ ਤਾਂ ਧਰਤੀ ਦਾ ਨਮੂਨਾ ਹੈ ਜੀ ਸੋ ਜੈ ਵੀ ਕਹਿ ਸਕਦੇ ਆ ਕਿ ਧਰਤੀ ਦੀ ਤਰ੍ਹਾਂ ਹੂਬ ਹੂਬ ਕਿਹੜਾ ਜਿਹੜਾ ਮਾਡਲ ਹੈ ਉਹ ਬਣਾਇਆ ਗਿਆ ਹੈ ਸੋ ਇਹ ਨਮੂਨਾ ਹੈ ਜੀ ਜਾਂ ਹੂਬ ਹੂਬ ਕਾਪੀ ਜਿਹੜੀ ਹੈ ਇਹ ਗਲੋਬ ਦੀ ਹੈ ਜੋ ਤੁਸੀਂ ਅਕਸਰ ਸਕੂਲਾਂ ਕਾਲਜਾਂ ਦੇ ਵਿੱਚ ਬਣਿਆ ਹੋਇਆ ਦੇਖਦੇ ਹੋ ਠੀਕ ਹੈ ਜੋ ਕਿ ਬਿਲਕੁਲ ਐਗਜੈਕਟ ਉਸ ਤਰੀਕੇ ਦਾ ਬਣਿਆ ਹੋਇਆ ਹੈ ਜਿਵੇਂ ਕਿ ਇੱਕ ਧਰਤੀ ਜਿਹੜੀ ਸਾਡੇ ਕਾਸ਼ ਦੇ ਵਿੱਚ ਲਟਕੀ ਹੋਈ ਹੈਗੀ ਆ ਉਸੇ ਸ਼ੇਪ ਦਾ ਹੀ ਇਸ ਨੂੰ ਬਣਾਇਆ ਗਿਆ ਹੈ ਹਰ ਇੱਕ ਕੰਟਰੀ ਜਿਹੜੀ ਹੈ ਹਰ ਇੱਕ ਬਾਉਂਡਰੀ ਜਿਹੜੀ ਹੈ ਹਰ ਇੱਕ ਲਾਈਨ ਜਿਹੜੀ ਹੈ ਜਿਹਨੂੰ ਕਿ ਲੈਟੀਟਿਊਡ ਲੌਂਗੀਟਿਊਡ ਕਿਹਾ ਜਾਂਦਾ ਹੈ ਉਹ ਹਰ ਇੱਕ ਚੀਜ਼ ਇਸ ਦੇ ਉੱਪਰ ਪ੍ਰੈਜੈਂਟ ਕੀਤੀ ਗਈ ਹੈ ਤੁਸੀਂ ਈਜ਼ੀਲੀ ਜਿਹੜਾ ਹੈ ਕਿਸੇ ਵੀ ਦੇਸ਼ ਨੂੰ ਇਹਦੇ ਉੱਪਰ ਫਾਈਂਡ ਕਰ ਸਕਦੇ ਹੋਗੇ ਸੋ ਇਸੇ ਕਰਕੇ ਇਸ ਨੂੰ ਧਰਤੀ ਦਾ ਨਮੂਨਾ ਜਾਂ ਧਰਤੀ ਦੀ ਤਰ੍ਹਾਂ ਹੂ ਬਹੂ ਜਿਹੜਾ ਦਿਖਾਈ ਦੇਣ ਵਾਲਾ ਮਾਡਲ ਕਹਿ ਸਕਦੇ ਹੋ ਨੈਕਸਟ ਹੈ ਗਲੋਬ ਦੇ ਉੱਪਰ ਕਿਹੜੀਆਂ ਰਖਾਵਾਂ ਹੁੰਦੀਆਂ ਨੇ ਇਹ ਗਲੋਬ ਤਾਂ ਜਿਹੜਾ ਹੈ ਧਰਤੀ ਦਾ ਮਾਡਲ ਹੈ ਬਟ ਧਿਆਨ ਰੱਖਿਓ ਕਿ ਗਲੋਬ ਦੇ ਉੱਪਰ ਜੋ ਤੁਹਾਡਾ ਮੈਪ ਹੈ ਘਰ ਦੇ ਵਿੱਚ ਲੱਗਿਆ ਹੈ ਜਾਂ ਕਾਲਜ ਦੇ ਵਿੱਚ ਉੱਥੇ ਵੀ ਸੇਮ ਜਿਹਾ ਹੈ ਤੁਹਾਨੂੰ ਇਸ ਤੋਂ ਇਲਾਵਾ ਗਲੋਬ ਦੇ ਉੱਪਰ ਨਾ ਇਸ ਤਰ੍ਹਾਂ ਦੀਆਂ ਰਖਾਵਾਂ ਬਣੀਆਂ ਹੁੰਦੀਆਂ ਹੈਗੀਆਂ ਨੇ ਸੋ ਇਹਨਾਂ ਸਾਰੀਆਂ ਤੋਂ ਮਿਲਾ ਕੇ ਹੀ ਜਿਹੜਾ ਹੈ ਗਲੋਬ ਬਣਦਾ ਹੈ ਯਾਨੀ ਕਿ ਪੂਰੀ ਧਰਤੀ ਦੇ ਸਟਰਕਚਰ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਧਿਆਨ ਰੱਖਣਾ ਕਿ ਇਹ ਰਖਾਵਾਂ ਜਿਹੜੀਆਂ ਨੇ ਕਲਪਨਿਕ ਨੇ ਐਕਚੁਅਲ ਦੇ ਵਿੱਚ ਕੋਈ ਰੇਖਾ ਨਹੀਂ ਹੈ ਧਰਤੀ ਦੇ ਉੱਪਰ ਇਹਨੂੰ ਬਣਾਇਆ ਗਿਆ ਹੈ ਸਟੱਡੀ ਕਰਨ ਦੇ ਲਈ ओके ਤਾਂ ਧਰਤੀ ਦੇ ਉੱਪਰ ਦੇਸ਼ਾਂਤਰ ਤੇ ਆਕਾਸ਼ਾਂਸ਼ ਜਿਹੜੀਆਂ ਉਹ ਰੇਖਾਵਾਂ ਸਥਿਤ ਨੇਗੀਆਂ ਲੈਟੀਟਿਊਡ ਦੇਸ਼ਾਂਤਰ ਨੂੰ ਅਸੀਂ ਲੌਂਗੀਟਿਊਡ ਕਹਿੰਦੇ ਨੇ ਹੈਗੀਆਂ ਤੇ ਆਕਾਸ਼ਾਂਸ਼ ਨੂੰ ਜਿਹੜਾ ਹੈ ਲੈਟੀਟਿਊਡ ਕਹਿੰਦੇ ਨੇ ਹੈਗਿਆਂਗੇ ਇੰਗਲਿਸ਼ ਦੇ ਵਿੱਚ ਵੀ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਓਕੇ ਸੋ ਇਹਨਾਂ ਦੀ ਡਾਇਰੈਕਸ਼ਨ ਜਰੂਰ ਯਾਦ ਰੱਖਣਾ ਕਿ ਜਿਹੜੀਆਂ ਦੇਸ਼ਾਂਤਰ ਹੁੰਦੀਆਂ ਨੇ ਇਹ ਉੱਤਰ ਤੋਂ ਲੈ ਕੇ ਦੱਖਣ ਤੱਕ ਹੁੰਦੀਆਂ ਹੈਗੀਆਂ ਨੇ ਅਤੇ ਜਿਹੜੀਆਂ ਆਕਾਸ਼ਾਂਸ਼ ਹੁੰਦੀਆਂ ਨੇਗੀਆਂ ਇਹ ਪੱਛਮ ਤੋਂ ਲੈ ਕੇ ਪੂਰਬ ਦੇ ਵਿੱਚ ਹੁੰਦੀਆਂ ਨੇ ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਯਾਦ ਰੱਖਣੀ ਹੈਗੀਆਂ ਨੇ ਗਿਆ ਓਕੇ ਨੈਕਸਟ ਹੈ ਜੀ ਗਲੋਬ ਦੇ ਉੱਪਰ ਕਿਹੜੀਆਂ ਰਖਾਵਾਂ ਪੱਛਮ ਤੋਂ ਪੂਰਬ ਦੇ ਵੱਲ ਖਿੱਚੀਆਂ ਗਈਆਂ ਨੇ ਮੈਂ ਹੁਣੇ ਦੱਸਿਆ ਹੈ ਤਾਂ ਪੱਛਮ ਤੋਂ ਪੂਰਬ ਦੇ ਵੱਲ ਖਿੱਚੀਆਂ ਗਈਆਂ ਜੀ ਆਕਾਸ਼ਸ਼ ਜਿਹਨੂੰ ਲੈਟੀਟਿਊਡ ਵੀ ਕਿਹਾ ਜਾਂਦਾ ਹੈ ਓਕੇ ਸੋ ਲੈਟੀਟਿਊਡ ਇਹ ਸਾਡੇ ਗਲੋਬ ਦੇ ਉੱਪਰ ਜਿਹੜੀਆਂ ਰਖਾਵਾਂ ਖਿੱਚੀਆਂ ਗਈਆਂ ਨੇ ਇਸ ਦਿਸ਼ਾ ਦੇ ਵਿੱਚ ਠੀਕ ਹੈ ਇਹ ਸਾਰੀਆਂ ਨੇ ਸਾਰੀਆਂ ਆਕਾਸ਼ ਵਿੱਚ ਕਹਾਉਂਦੀਆਂ ਨੇ ਲੈਟੀਟਿਊਡ ਕਹਾਉਂਦੀਆਂ ਹੈਗੀਆਂ ਨੇ ਨੈਕਸਟ ਹੈ ਜੀ ਕਿਹੜੀ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ ਧਰਤੀ ਜਿਹੜੀ ਹੈ ਸਾਡੀ ਸਾਰੀਆਂ ਲੈਟੀਟਿਊਡ ਦੇ ਨਾਲ ਬੰਡੀ ਹੋਈ ਹੈ ਠੀਕ ਹੈ ਬਟ ਉਹਦੇ ਵਿੱਚੋਂ ਅਗਰ ਗੱਲ ਕਰੀਏ ਧਰਤੀ ਦੇ ਸੈਂਟਰ ਦੇ ਵਿੱਚੋਂ ਜਿਹੜੀ ਲਾਈਨ ਨਿਕਲਦੀ ਹੈ ਉਹ ਸਾਡੀ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈ ਸੋ ਇਹਦਾ ਨਾਮ ਅਸੀਂ ਇਹ ਨਹੀਂ ਰੱਖਾਂਗੇ ਕਿ ਸੈਂਟਰ ਦੇ ਵਿੱਚੋਂ ਨਿਕਲਦੀ ਹੈ ਠੀਕ ਹੈ ਇਹਦਾ ਨਾਮ ਹੈ ਸਪੈਸੀਫਿਕ ਜਿਹੜੀ ਕਿ 0 ਡਿਗਰੀ ਦੇ ਉੱਪਰ ਸਥਿਤ ਹੈਗੀ ਹੈਗੀ ਅਤੇ ਜਿਸ ਨੂੰ ਕਿ ਭੂਮੱਧ ਰੇਖਾ ਕਿਹਾ ਜਾਂਦਾ ਹੈ 0 ਡਿਗਰੀ ਦੇ ਉੱਪਰ ਸਥਿਤ ਹੈ ਭੂਮੱਧ ਰੇਖਾ ਜਾਂ ਇਕਵੇਟਰ ਜਿਹੜਾ ਕਿਹਾ ਜਾਂਦਾ ਹੈ ਜਿਹਦੇ ਕਾਰਨ ਕਰਕੇ ਸਾਡੀ ਧਰਤੀ ਜਿਹੜੀ ਹੈ ਉਹ ਦੋ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ ਇੱਕ ਨਾਰਥ ਪੋਲ ਇੱਕ ਸਾਊਥ ਪੋਲ ਠੀਕ ਹੈ ਯਾਨੀ ਕਿ ਨਦਰਨ ਹੇਮਿਸਫੀਅਰ ਅਤੇ ਸਦਰਨ ਹੇਮਿਸਫੀਅਰ ਦੋ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ ਨੈਕਸਟ ਹੈ ਜੀ ਧਰਤੀ ਦੇ ਦੋ ਭਾਗ ਹੁਣ ਇਹ ਦੱਚੁਕਿਆ ਹਾਂ ਇੱਕ ਦੱਖਣੀ ਗੋਲ ਅਰਧ ਹੈ ਜਿਹੜਾ ਦੱਖਣ ਦੇ ਵਿੱਚ ਪੈਂਦਾ ਹੈ ਠੀਕ ਹੈ ਇਹਨੂੰ ਦੱਖਣੀ ਗੋਲ ਅਰਧ ਕਹਿੰਦੇ ਆ ਦੂਸਰਾ ਉਤਰੀ ਗੋਲ ਅਰਧ ਹੈ ਜਿਹੜਾ ਉੱਤਰ ਦੇ ਵਿੱਚ ਪੈਂਦਾ ਹੈ 0 ਡਿਗਰੀ ਇਕਵੇਟਰ ਤੋਂ ਹੁਣ ਉਤਰੀ ਗੋਲ ਅਰਧ ਕਹਿੰਦੇ ਨੇ ਸਿੰਪਲ ਜਿਹਾ ਹੈ ਨੈਕਸਟ ਹੈ ਜੀ ਉਮਦਰੀ ਖਾਦੇ ਉੱਤਰ ਦੇ ਵਿੱਚ ਅਤੇ ਦੱਖਣ ਦੇ ਵਿੱਚ 1-1 ਡਿਗਰੀ ਦੇ ਅੰਤਰਾਲ ਦੇ ਨਾਲ ਕਿੰਨੀਆਂ ਆਕਾਸ਼ੀ ਸ਼ਰਖਾਵਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ ਤਾਂ ਅਸੀਂ ਦੇਖਿਆ ਹੈ ਕਿ ਧਰਤੀ ਦੇ ਉੱਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਰੇਖਾਵਾਂ ਬਣੀਆਂ ਹੋਈਆਂ ਨੇ ਟੋਟਲ ਠੀਕ ਹੈ ਤਾਂ ਇੱਕ ਇੱਕ ਡਿਗਰੀ ਦੇ ਅੰਤਰਾਲ ਦੇ ਨਾਲ 0 ਡਿਗਰੀ ਤਾਂ ਸੈਂਟਰ ਦੇ ਵਿੱਚ 0 ਡਿਗਰੀ ਹੈ ਠੀਕ ਹੈ ਔਰ ਇਸ ਤੋਂ ਜਦੋਂ ਉੱਪਰ ਨੂੰ ਜਾਂਦੇ ਹਾਂ ਉੱਤਰ ਵੱਲ ਨੂੰ ਅਤੇ ਦੱਖਣ ਵੱਲ ਨੂੰ ਤਿੰਨ ਦੀਆਂ ਇਹ ਰਖਾਵਾਂ ਨੇ ਉਹ ਇੱਕ ਡਿਗਰੀ ਦੇ ਉੱਪਰ 90 90 ਬਣੀਆਂ ਹੋਈਆਂ ਨੇ 90 ਉੱਪਰ ਉੱਪਰਲੀ ਸਾਈਡ ਜਾਨਕਿ ਉੱਤਰ ਦਿਸ਼ਾ ਦੇ ਵਿੱਚ ਹੈ ਤੇ 90 ਹੀ ਜਿਹੜੀਆਂ ਨੇ ਉਹ ਦੱਖਣ ਡਿਗਰੀ ਦੇ ਵਿੱਚ ਮਿਲਦੀਆਂ ਹੈਗੀਆਂ ਨੇ ਦੱਖਣ ਦਿਸ਼ਾ ਦੇ ਵਿੱਚ ਓਕੇ ਦੋ ਭਾਗਾਂ ਦੇ ਵਿੱਚ ਵੰਡੇ ਗਿਆ ਹੈ ਟੋਟਲ ਜਿਹੜੀਆਂ ਬਣ ਜਾਂਦੀਆਂ ਹੈ 90 90 180 ਬਣ ਜਾਂਦਾ ਹੈ ਬਟ ਜੇਕਰ ਅਸੀਂ ਇਹਦੇ ਵਿੱਚ ਇਕਵੇਟਰ ਜੋੜ ਦਿੰਨੇ ਹਾਂ ਤਾਂ ਇਹਨਾਂ ਦੀ ਸੰਖਿਆ ਜਿਹੜੀ ਹੈ ਉਹ 100 ਇੱਕ ਐਸੀ ਹੋ ਜਾਂਦੀ ਹੈ ਕਿ ਆ ਪੈਸੇ ਟੋਟਲ ਜਿਹੜਾ ਹੈ 90 90 180 ਹੀ ਬਣਦਾ ਹੈ ਪਰ ਕਈ ਵਾਰ ਉਹ ਨਾ ਇਕਵੇਟਰ ਵਿੱਚ ਐਡ ਕਰਕੇ ਪੁੱਛ ਲੈਂਦੇ ਆ ਕਿ ਇਕਵੇਟਰ ਸਮੇਤ பூமਧ ਰੇਖਾ ਸਮੇਤ ਜਿਹੜੀਆਂ ਹੈ ਲੈਟੀਟਿਊਡਸ ਉਹਨਾਂ ਦੀ ਸੰਖਿਆ ਕਿੰਨੀ ਹੈ ਤਾਂ ਤੁਸੀਂ 181 ਲਾਉਂਗੇ ਵੈਸੇ ਨਾਰਮਲ ਜਿਹੜੀ ਹੈ ਉਹ 180 ਹੁੰਦੀਆਂ ਨੇ ਨੈਕਸਟ ਹੈ ਜੀ ਆਕਾਸ਼ਾ ਸ਼ਰੀਖਾਂ ਮਾ ਇੱਕ ਦੂਸਰੇ ਨੂੰ ਕੀ ਕਰਦੀਆਂ ਹਨ ਜੀ ਬਰਾਬਰ ਹਨ ਠੀਕ ਹੈ ਇੱਕ ਦੂਸਰੇ ਦੇ ਬਰਾਬਰ ਹੈਗੀਆਂ ਨੇਗੀਆਂ ਤੁਸੀਂ ਦੇਖੋਗੇ ਕਿ ਜਦੋਂ ਮੈਪ ਦੀ ਤੁਸੀਂ ਹਨਾ ਮੈਪ ਜਰੂਰ ਦੇਖਿਓ ਕਿਉਂਕਿ ਥਿਉਰੀ ਵੀ ਕਰਵਾਈ ਹੋਈ ਹੈ ਤੋ ਤਾਂ ਤੁਸੀਂ ਇਸ ਨੂੰ ਸਮਝ ਵੀ ਸਕਦੇ ਹੋ ਠੀਕ ਹੈ ਸੋ ਜਿਹੜਾ ਹੈ ਧਰਤੀ ਦੇ ਉੱਪਰ ਲੈਟੀਟਿਊਡ ਨੇ ਇਹ ਸਾਰੀਆਂ ਸਮਾਨਾਂਤਰ ਨਹੀਂ ਹੈਗੀਆਂ ਇੱਕੋ ਜੀ ਦੂਰੀ ਤੇ ਨਹੀਂ ਹੈ ਇਸ ਤਰ੍ਹਾਂ ਠੀਕ ਹੈ ਇਹ ਨਹੀਂ ਹੈ ਕਿ ਇੱਕ ਇੱਥੇ ਹੈ ਇੱਕ ਇੱਥੇ ਹੈ ਨਹੀਂ ਬਿਲਕੁਲ ਐਗਜ਼ੈਕਟ ਨਹੀਂ ਹੈਗੀਆਂ ਇਕੁਅਲ ਨਹੀਂ ਹੈਗੀਆਂ ਸਾਰੀ ਧਰਤੀ ਦੇ ਉੱਪਰ ਜਿਹੜੀਆਂ ਆਕਾਸ਼ਸ਼ ਨੇ ਜਿਹਨੂੰ ਲੈਟੀਟਿਊਡ ਕਿਹਾ ਜਾਂਦਾ ਹੈ ਠੀਕ ਹੈ ਬਟ ਦੂਸਰੀ ਜਗ੍ਹਾ ਤੇ ਜਿਹੜੀਆਂ ਦੇਸ਼ਾਂਤਰ ਨੇ ਉਹ ਇਕੁਅਲ ਨਹੀਂ ਜਿਹੜੀ ਹੈ ਚੁੜਾਈ ਜਿਹੜੀ ਕਹਿੰਦੇ ਲੰਬਾਈ ਉਹ ਫਰਕ ਪਾਇਆ ਜਾਂਦਾ ਹੈ ਨੈਕਸਟ ਹੈ ਜੀ ਦੋ ਆਕਾਸ਼ਾਂਸ਼ ਦੇ ਵਿਚਕਾਰ ਦੂਰੀ ਕਿੰਨੀ ਹੈ ਦੋ ਆਕਾਸ਼ਾਂਸ਼ ਦੇ ਵਿਚਕਾਰ ਜਿਹੜੀ ਦੂਰੀ ਹੈ ਉਹ 111 ਕਿਲੋਮੀਟਰ ਇਹ ਮੋਸਟ ਮੋਸਟ ਇੰਪੋਰਟੈਂਟ ਹੈ ਠੀਕ ਹੈ ਯਾਨੀ ਕਿ ਇੱਕ 0 ਡਿਗਰੀ ਤੋਂ ਚੱਲੇ ਹਾਂ ਅਗਰੇ ਦੂਸਰੀ 1 ਡਿਗਰੀ ਤੱਕ ਜਾਣਾ ਹੈ ਤਾਂ ਸਾਨੂੰ 111 ਕਿਲੋਮੀਟਰ ਦਾ ਜਿਹੜਾ ਫਾਸਲਾ ਹੈ ਉਹ ਤੈਅ ਕਰਨਾ ਪਊਗਾ ਫਿਰ ਦੂਸਰੀ ਡਿਗਰੀ ਜਾ ਕੇ ਫਿਰ 111 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪਊ ਬਜਾਣੀ ਕਿ 1 ਡਿਗਰੀ ਤੋਂ ਦੂਸਰੀ ਡਿਗਰੀ ਤੱਕ ਪਹੁੰਚਣ ਦੇ ਲਈ ਸਾਨੂੰ 111 ਕਿਲੋਮੀਟਰ ਦਾ ਜਿਹੜਾ ਫਾਸਲਾ ਹੈ ਤੈਅ ਕਰਨਾ ਪੈਂਦਾ ਹੈ ਇੱਕ ਆਕਾਸ਼ਸ਼ ਤੋਂ ਦੂਸਰੇ ਆਕਾਸ਼ਸ਼ ਦੀ ਦੂਰੀ ਜਿਹੜੀ ਹੈ ਉਹ 111 ਕਿਲੋਮੀਟਰ ਹੈ ਨੈਕਸਟ ਹੈ ਜੀ ਕਰਕ ਰੇਖਾ ਜਿਹੜੀ ਹੈ ਉਹ ਕਿੰਨੇ ਡਿਗਰੀ ਦੇ ਉੱਪਰ ਸਥਿਤ ਹੈ ਜੀ ਤਾਂ ਕਰਕ ਰੇਖਾ ਜਿਹੜੀ ਹੈ ਧਿਆਨ ਰੱਖਣਾ ਕਿ ਤਿੰਨ ਰੇਖਾਵਾਂ ਇਹਦੇ ਵਿੱਚ ਨਾ ਪ੍ਰਮੁੱਖ ਨੇ ਇਹ ਤੁਸੀਂ ਕਿਸੇ ਵੀ ਹਾਲਤ 'ਚ ਨਹੀਂ ਭੁੱਲਣੀਆਂ ਤੇ ਤੁਹਾਨੂੰ 100% ਜਿਹੜੀ ਹੈ ਉਹ ਸਭਾਵਨਾ ਰੱਖੀ ਠੀਕ ਹੈ ਪਹਿਲਾਂ ਪੇ ਸਮਝਦੇ ਹਾਂ ਕਿ ਕਰਕ ਰੇਖਾ ਜਿਹੜੀ ਹੈ ਉਹ ਕਿੰਨੇ ਡਿਗਰੀ ਦੇ ਉੱਪਰ ਸਥਿਤ ਹੈ ਕਰਕ ਜਿਹੜੀ ਹੈ ਉਹ 23.5 ਸਾਢੇ 23 ਡਿਗਰੀ ਉੱਤਰ ਦੇ ਵਿੱਚ ਸਥਿਤ ਹੈ ਤਾਂ 23.5 ਡਿਗਰੀ ਜਿਹੜਾ ਹੈ ਪੁੱਛਿਆ ਹੈ ਅਤੇ ਗੱਲ ਇਹਨਾਂ ਨੇ ਉੱਤਰ ਦੀ ਕੀਤੀ ਹੈ ਤਾਂ ਉੱਤਰ ਦੇ ਵਿੱਚ ਇਹ ਵਾਲਾ ਪਾਰਟ ਪੈਂਦਾ ਹੈ ਕਿਉਂਕਿ ਉੱਤਰ ਹੀ ਹੈ ਠੀਕ ਹੈ ਦੱਖਣ ਦੇ ਵਿੱਚ ਇਹ ਵਾਲਾ ਪਾਰਟ ਹੈ ਜਿਹੜਾ ਕਿ 23.5 ਡਿਗਰੀ ਦੱਖਣ ਦੇ ਵਿੱਚ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਮਕਰ ਰೇಖਾ ਕਿਹਾ ਜਾਂਦਾ ਹੈ ਅਤੇ ਉੱਪਰ ਵਾਲਾ ਜਿਹੜਾ ਪਾਰਟ ਹੈ ਇਹਨੂੰ ਕਰਕ ਰೇಖਾ ਕਿਹਾ ਜਾਂਦਾ ਹੈ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਟ੍ਰੋਪਿਕ ਆਫ ਕੈਂਸਰ ਵੀ ਕਹਿ ਦਿੰਦੇ ਹੈਗੇ ਟ੍ਰੋਪਿਕ ਆਫ ਕੈਂਸਰ ਵੀ ਕਹਿ ਦਿੰਦੇ ਹੈਗੇ ਜਿਹੜਾ ਕਿ ਕਰਕ ਰੇਖਾ ਦੇ ਉੱਪਰ ਸਥਿਤ ਹੈ 23 ਡਿਗਰੀ ਉੱਤਰ ਦੇ ਵਿੱਚ ਇਹ ਖੇਤਰ ਇਹ ਲਾਈਨ ਜਿਹੜੀ ਹੈ ਉਸਤਿਤ ਹੈ ਇਹ ਵੀ ਯਾਦ ਰੱਖਣਾ ਹੈ ਕਿ ਕਲਪਨਿਕ ਰೇಖਾ ਹੈ ਕੋਈ ਐਕਚੁਅਲ ਦੇ ਵਿੱਚ ਜਿਹੜੀ ਧਰਤੀ ਦੀ ਉੱਪਰ ਰੇਖਾ ਜਿਹੜੀ ਹੈ ਉਹ ਨਹੀਂ ਬਣੀ ਹੋਈ ਨੈਕਸਟ ਹੈ ਮਕਰ ਰੇਖਾ ਹੁਣ ਇਹ ਸਮਝਾ ਚੁੱਕੇ ਹਾਂ ਠੀਕ ਹੈ ਉੱਪਰਲੀ ਸਾਈਡ ਜਿਹੜਾ ਹੈ ਨਾਰਥ ਦੇ ਵਿੱਚ 23 ਡਿਗਰੀ ਇਹ ਕਰਕਰ ਰੇਖਾ ਕਹਿੰਦੀ ਹੈ ਜਿਹਨੂੰ ਟ੍ਰੋਪਿਕ ਆਫ ਕੈਂਸਰ ਕਹਿੰਦੇ ਹਨ ਦੂਸਰੀ ਮਕਰ ਰੇਖਾ ਹੈ ਜਿਹਨੂੰ ਟ੍ਰੋਪਿਕ ਆਫ ਕੈਪ੍ਰਿਕੌਰਨ ਕਹਿੰਦੇ ਹੈਗੇ ਟ੍ਰੋਪਿਕ ਆਫ ਕੈਪ੍ਰਿਕੌਰਨ ਅਤੇ ਇਹ ਹੈਗੀ ਹੈ ਜੀ 23 ਡਿਗਰੀ ਦੱਖਣ ਦੇ ਵਿੱਚ ਸਥਿਤ ਇਹ ਵਾਲੀ ਲਾਈਨ ਜਿਹੜੀ ਹੈ ਇਹ ਮਕਰ ਰੇਖਾ ਹੈ ਅਤੇ ਇਹ ਵਾਲੀ ਜਿਹੜੀ ਰੇਖਾ ਹੈ ਇਹ ਕਰਕ ਰੇਖਾ ਹੈ ਅਤੇ ਸੈਂਟਰ ਦੇ ਵਿੱਚ ਜਿਹੜੀ 0 ਡਿਗਰੀ ਦੇ ਉੱਪਰ ਸਥਿਤ ਹੈ ਇਸ ਨੂੰ ਕਿਹਾ ਜਾਂਦਾ ਹੈ ਭੂਮਾਦਰੀਖਾ ਜਾਂ ਟ੍ਰੋਪਿਕ ਆਫ ਕੈਂਸਰ ਸੌਰੀ ਇਕਵੇਟਰ ਸੌਰੀ ਠੀਕ ਹੈ ਭੂਮਾਦਰੀਖਾ ਕਿਹਾ ਜਾਂਦਾ ਹੈ ਤੇ ਜਾਂ ਫਿਰ ਇੰਗਲਿਸ਼ ਦੇ ਵਿੱਚ ਅਸੀਂ ਇਸ ਨੂੰ ਇਕਵੇਟਰ ਜਿਹੜਾ ਹੈ ਉਹ ਕਹਿ ਦਿੰਦੇ ਹਾਂਗੇ ਨੈਕਸਟ ਹੈ ਜੀ ਆਰਕਟਿਕ ਰੇਖਾ ਜਿਹਨੂੰ ਆਰਕਟਿਕ ਸਰਕਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਕਿੱਥੇ ਸਥਿਤ ਹੈ ਸੋ ਇਹ ਸਾਡੇ 66 ਡਿਗਰੀ ਉੱਤਰ ਦੇ ਵਿੱਚ ਇਹ ਦੋਨਾਂ ਚੀਜ਼ਾਂ ਨੂੰ ਯਾਦ ਰੱਖਣਾ ਹੈ ਠੀਕ ਹੈ ਇੱਥੇ ਸਾਡੀ ਜਿਹੜੀ ਹੈ 0 ਡਿਗਰੀ ਹੈਗੀ ਹੈ ਇੱਥੇ ਸਾਡਾ 23.5 ਡਿਗਰੀ ਆ ਗਿਆ ਹੈਗਾਗਾ ਅਤੇ ਇਸ ਤੋਂ ਉੱਪਰ ਨਾ 66.5 ਡਿਗਰੀ ਦੇ ਉੱਪਰ 66.5 ਡਿਗਰੀ ਬਣ ਜਾਂਦੀ ਹੈ ਇੱਥੇ ਇਹ ਜਿਹੜਾ ਸਰਕਲ ਬਣ ਜਾਂਦਾ ਹੈ ਪੂਰਾ ਚਾਰੋਂ ਤਰਫ ਧਰਤੀ ਦੇ ਇਹਨੂੰ ਕਿਹਾ ਜਾਂਦਾ ਹੈ ਆਰਕਟਿਕ ਰੇਖਾ ਜਿਹੜੀ ਕਿ ਉੱਤਰ ਦੇ ਵਿੱਚ ਸਥਿਤ ਹੈ ਠੀਕ ਹੈ ਦੱਖਣ ਦੇ ਵਿੱਚ ਕਿਹੜਾ ਹੈ ਅੰਟਾਰਕਟਿਕ ਰੇਖਾ ਹੈ ਜਿਹੜਾ ਕਿ ਅੰਟਾਰਕਟਿਕ ਰੇਖਾ ਹੈ ਜਿਹੜਾ ਸਰਕਕਲ ਹੈ ਜਿਹੜਾ ਕਿ 66.5 ਡਿਗਰੀ ਦੱਖਣ ਦੇ ਵਿੱਚ ਸਥਿਤ ਹੋਊਗਾ ਓਕੇ ਆਪੋਜ਼ਿਟ ਹੋਵੇਗਾ ਇਸ ਤੇ ਤੇ ਇਹ ਬਹੁਤ ਬਹੁਤ ਇੰਪੋਰਟੈਂਟ ਲਾਈਨਸ ਨੇ ਇਹਨਾਂ ਨੂੰ ਯਾਦ ਰੱਖਣਾ ਹੈ ਇਸ ਤੋਂ ਇਲਾਵਾ ਇਹ ਵੀ ਯਾਦ ਰੱਖਣਾ ਕਿ 90 ਡਿਗਰੀ ਵਾਲੀ ਜਿਹੜਾ ਪੁਆਇੰਟ ਹੈ ਉਹ ਬਿਲਕੁਲ ਇੱਥੇ ਹੈ ਛੋਟਾ ਜਿਹਾ ਪੁਆਇੰਟ ਹੁੰਦਾ ਹੈ ਇਹ 90 ਡਿਗਰੀ ਉੱਤਰ ਹੋਊਗਾ ਠੀਕ ਹੈ ਅਤੇ ਇੱਥੇ ਜਿਹੜਾ ਪੁਆਇੰਟ ਹੋਊਗਾ ਉਹ 90 ਡਿਗਰੀ ਦੱਖਣ ਵਾਲਾ ਹੋਊਗਾ ਇਹ ਭੁੱਲਣੀਆਂ ਨਹੀਂ ਚੀਜ਼ਾਂ ਨੈਕਸਟ ਹੈ ਭੂਮਧਰੀਕਾ ਸਥਿਤ ਹੈ ਹੁਣੇ ਦੱਸਿਆ ਹੈ ਸੈਂਟਰ ਦੇ ਵਿੱਚ ਸਥਿਤ ਹੈ ਤਾਂ ਸੈਂਟਰ ਦੇ ਵਿੱਚ ਜਿਹੜੀ ਹੈ 0 ਡਿਗਰੀ ਕਾਸ਼ਿਸ਼ 0 ਡਿਗਰੀ ਲੈਟੀਟਿਊਡ ਜਿਹੜੀ ਹੈ ਉਸ ਦੇ ਉੱਪਰ ਸਥਿਤ ਹੈ ਭੂਮਧਰੀਕਾ ਬਿਲਕੁਲ ਸੈਂਟਰ ਦੇ ਵਿੱਚੋਂ ਨਿਕਲਦੀ ਹੈ ਤੇ ਧਰਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਦੀ ਹੈਗੀ ਹੈਗੀ ਇਸ ਤੋਂ ਇਲਾਵਾ ਇਸ ਭੂਮਧਰੀਕਾ ਦੇ ਉੱਪਰ ਜਿਹੜਾ ਦਿਨ ਅਤੇ ਰਾਤ ਨੇ ਉਹ ਬਰਾਬਰ ਰਹਿੰਦੇ ਨੇ ਕਿਉਂਕਿ ਉਹਦਾ ਕਾਰਨ ਇਹ ਹੈ ਕਿਉਂਕਿ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਕਿ ਨਾ ਉਪਮਦਰੀਖਾ ਦੇ ਬਿਲਕੁਲ ਸਿੱਧੀਆਂ ਪੈਂਗਾਂ ਰਹਿੰਦੀਆਂ ਨੇ ਹਮੇਸ਼ਾ 0 ਡਿਗਰੀ ਦੇ ਉੱਪਰ ਹਮੇਸ਼ਾ ਸਿੱਧੀਆਂ ਪੈਂਗਾਂ ਰਹਿੰਦੀਆਂ ਹੈਗੀਆਂ ਨੇ ਜਿਹਦੇ ਕਰਕੇ ਇੱਥੇ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ ਯਾਨੀ ਕਿ 12-12 ਘੰਟਿਆਂ ਦੇ 12 ਘੰਟਿਆਂ ਦੇ ਦਿਨ ਤੇ 12 ਘੰਟਿਆਂ ਦਾ ਹੀ ਰਾਤ ਜਿਹੜੀ ਹੈ ਇੱਥੇ ਦੇਖੋ ਨੂੰ ਬਿਜਲੀ ਇਸ ਤੋਂ ਇਲਾਵਾ ਇਸ ਲਾਈਨ ਦੇ ਉੱਪਰ 2 ਵਜੇ ਤੋਂ ਬਾਅਦ ਡੇਲੀ ਜਿਹੜੀ ਹੈ ਨਾ ਬਰਖਾ ਵੀ ਹੁੰਦੀ ਹੈ ਸੋ ਵੈਸੇ ਤਾਂ ਇਹ ਕਦੇ ਪੁੱਛਿਆ ਨਹੀਂ ਪਰ ਫਿਰ ਵੀ ਤੁਸੀਂ ਇਸ ਨੂੰ ਨੋਟ ਕਰ ਲੈਣਾ ਨੈਕਸਟ ਹੈ ਜੇ ਆਕਾਸ਼ੀ ਸਰਖਾਵਾ ਕਿੰਨੀਆਂ ਨੇ ਪਹਿਲਾਂ ਦੱਸਿਆ ਮੈਂ ਕਿੰਨੀਆਂ ਸੀਗੀਆਂ ਜੀ ਆਕਾਸ਼ੀ ਸਰਖ ਉਹ 180 ਨੇਗੀਆਂ ਕਿਉਂਕਿ ਆਪਾਂ 90 90 ਕੀਤੀ ਸੀਗੀ ਬਟ ਮੈਂ ਇੱਥੇ ਜਿਹੜਾ ਹੈ ਤੁਹਾਨੂੰ ਨਾਲ ਦੱਸਿਆ ਹੈ ਜੋੜ ਕੇ ਇਕਵੇਟਰ ਨੂੰ ਵੀ ਜੋੜਿਆ ਹੈ ਭੂਮਧ ਰੇਖਾ ਨੂੰ ਵੀ ਜੋੜਿਆ ਹੈ ਇਸ ਕਰਕੇ ਇੱਕ ਹੋਰ ਐਡ ਕਰ ਦਿੰਨੇ ਹਾਂ ਤਾਂ ਟੋਟਲ ਜਿਹੜੀਆਂ ਇਹ 181 ਹੋ ਜਾਂਦੀਆਂ ਹੈਗੀਆਂ ਨੇ ਠੀਕ ਹੈ ਟੋਟਲ ਜਿਹੜੀਆਂ 181 ਹੈਗੀਆਂ ਨੇ ਅਗਰ ਤੁਹਾਨੂੰ ਕਈ ਵਾਰ ਇਹ ਪੁੱਛ ਲੈ ਕਿ ਵਿਦਆਊਟ ਇਕਵੇਟਰ ਕਿੰਨੀਆਂ ਹੋਣੀਆਂ ਫਿਰ 180 ਹੋਣਗੀਆਂ ਇਕਵੇਟਰ ਸਮੇਤ ਜਿਹੜੀਆਂ ਹੈਗੀਆਂ ਨੇ ਉਹ 181 ਹੋਣਗੀਆਂ ਨੈਕਸਟ ਹੈ ਕਰਕ ਰੇਖਾ ਕਿਹੜੀ ਦਿਸ਼ਾ ਦੇ ਵਿੱਚ ਆਉਂਦੀ ਗੁਜ਼ਰਦੀ ਹੈ ਕਰਕ ਰੇਖਾ ਜਿਹੜੀ ਹੈ ਉਹ ਕਿਹੜੀ ਦਿਸ਼ਾ ਦੇ ਵਿੱਚੋਂ ਦੀ ਗੁਜ਼ਰਦੀ ਹੈ ਦੇਸ਼ਾਂ ਦੇ ਵਿੱਚੋਂ ਦੀ ਹੈ ਸੌਰੀ ਦੇਸ਼ਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ ਤਹ ਮੈਕਸੀਕੋ ਤੇ ਭਾਰਤ ਦੇ ਵਿੱਚੋਂ ਦੀ ਅਤੇ ਮਿਸਰ ਦੇ ਵਿੱਚੋਂ ਦੀ ਗੁਜ਼ਰਦੀ ਹੈ ਇਹ 23.5 ਡਿਗਰੀ 23.5 ਡਿਗਰੀ ਉੱਤਰ ਦੇ ਵਿੱਚ ਸਥਿਤ ਹੈ ਮੈਕਸੀਕੋ ਅਤੇ ਭਾਰਤ ਅਤੇ ਮਿਸਰ ਦੇ ਵਿੱਚੋਂ ਦੀ ਗੁਜ਼ਰਦੀ ਹੈ ਧਿਆਨ ਰੱਖਣਾ ਕਿ ਭਾਰਤ ਦੇ ਬਾਰੇ ਖਾਸ ਤੌਰ ਤੇ ਪੁੱਛ ਲੈਂਦੇ ਹੈਗੇ ਨੇ ਤਾਂ ਭਾਰਤ ਦੇ ਵਿੱਚ ਇਹ 8 ਰਾਜਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ ਕਰਕ ਰੇਖਾ ਜਿਹਨੂੰ ਟ੍ਰੋਪਿਕ ਆਫ ਕੈਂਸਰ ਕਿਹਾ ਜਾਂਦਾ ਹੈ ਨੈਕਸਟ ਹੈ ਜੀ ਭੂਮਧਰੀਕਾ ਗੁਜ਼ਰਦੀ ਹੈ ਜੀ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚੋਂ ਦੀ ਕੋਲੰਬੀਆ ਦੇ ਵਿੱਚੋਂ ਦੀ ਇੰਡੋਨੇਸ਼ੀਆ ਦੇ ਵਿੱਚੋਂ ਦੀ ਤੇ ਬ੍ਰਾਜ਼ੀਲ ਦੇ ਵਿੱਚੋਂ ਦੀ ਗੁਜ਼ਰਦੀ ਹੈ ਭੂਮਧਰੀਕਾ ਇਸ ਤੋਂ ਇਲਾਵਾ ਇਕਵੇਟਰ ਰੇਖਾ ਅਤੇ ਭੂਮਧਰੀਕਾ ਹੋਗੀ ਅਤੇ ਇਸ ਤੋਂ ਇਲਾਵਾ ਕਰਕਰੇਖਾ ਤੇ ਮਕਰ ਰੇਖਾ ਇਹ ਤਿੰਨੋਂ ਹੀ ਜਿਹੜੀਆਂ ਅਫਰੀਕਾ ਦੇ ਵਿੱਚੋਂ ਦੀ ਵੀ ਗੁਜ਼ਰਦੀਆਂ ਨੇ ਇਹ ਵੀ ਤੁਸੀਂ ਯਾਦ ਰੱਖ ਲੈਣਾ ਓਕੇ ਹਾਲਾਂਕਿ ਇੱਕ ਕੁਐਸਚਨ ਆਊਗਾ ਤੁਸੀਂ ਇਜ਼ੀਲੀ ਸਮਝ ਜਾਓਗੇ ਕਿਹੜੇ ਮਹਾਦੀਪ ਮਹਾਦੀਪ ਵਿਚਕਾਰੋਂ ਕਰਕ ਰੇਖਾ ਮਕਰ ਰੇਖਾ ਭੂਮਧ ਰੇਖਾ ਗੁਜ਼ਰਦੀ ਹੈ ਸੋ ਅਗਲਾ ਹੀ ਕੁਐਸਚਨ ਆ ਗਿਆ ਹੈ ਨਾ ਇਹ ਆਫਰੀਕਾ ਓਕੇ ਧਿਆਨ ਰੱਖਣਾ ਕਿ ਆਫਰੀਕਾ ਦਾ ਸਾਈਜ਼ ਬਹੁਤ ਵੱਡਾ ਹੈ ਇੱਥੇ ਸਾਡੇ 23 ਡਿਗਰੀ ਜਿਹੜੀ ਕਰਕ ਰੇਖਾ ਕਰਕ ਰੇਖਾ ਗਈ ਹੈ 0 ਡਿਗਰੀ ਦੇ ਉੱਪਰ ਇਕਵੇਟਰ ਭੂਮਧ ਰੇਖਾ ਗਈ ਹੈ ਤੇ 23 ਡਿਗਰੀ ਦੱਖਣ ਦੇ ਵਿੱਚ ਮਕਰ ਰੇਖਾ ਕੀ ਹੈ ਇਹ ਤਿੰਨੋਂ ਰੇਖਾਵਾਂ ਨੇ ਜਿਹੜੀਆਂ ਇਹ ਅਫਰੀਕਾ ਮਹਾਦੀਪ ਦੇ ਵਿੱਚੋਂ ਦੀ ਗੁਜ਼ਰਦੀਆਂ ਹੈਗੀਆਂ ਨੇ ਮੋਸਟ ਮੋਸਟ ਇੰਪੋਰਟੈਂਟ ਹੈ ਕਿਉਂਕਿ ਅਫਰੀਕਾ ਦਾ ਸਾਈਜ਼ ਕਾਫੀ ਵੱਡਾ ਹੈ ਇਸ ਕਾਰਨ ਕਰਕੇ ਇਹ ਤਿੰਨੋਂ ਰੇਖਾਵਾਂ ਜਿਹੜੀਆਂ ਗੁਜ਼ਰ ਜਾਂਦੀਆਂ ਨੇ ਇੱਥੋਂ ਦੀ ਨੈਕਸਟ ਹੈ ਮਕਰ ਰੇਖਾ ਕਿੱਥੋਂ ਦੀ ਗੁਜ਼ਰਦੀ ਹੈ ਜੇ ਇਹ ਅਰਜਨਟੀਨਾ ਆਸਟ੍ਰੇਲੀਆ ਤੇ ਬ੍ਰਾਜ਼ੀਲ ਇਹਨਾਂ ਦੇ ਵਿੱਚੋਂ ਦੀ ਗੁਜ਼ਰਦੀ ਹੈਗੀਆਂ ਬ੍ਰਾਜ਼ੀਲ ਦੇ ਐਮਾਜ਼ਨ ਦੇ ਜਿਹੜੇ ਜੰਗਲ ਨੇ ਉਹ ਬਹੁਤ ਮਸ਼ਹੂਰ ਨੇਗੇ ਔਰ ਐਮਾਜ਼ਨ ਰਿਵਰ ਵੀ ਜਿਹੜੀ ਹੈ ਉਹ ਇਸੇ ਸਥਾਨ ਤੇ ਹੀ ਪਾਈ ਜਾਂਦੀ ਹੈ ਨੈਕਸਟ ਹੈ ਜੀ ਮੈਡਾਗਾਸਕਰ ਦੇਸ਼ ਦੇ ਵਿੱਚੋਂ ਦੀ ਕਿਹੜੀ ਰੇਖਾ ਗੁਜ਼ਰਦੀ ਹੈ ਜੀ ਸੋ ਤਿਆਂ ਰੱਖਣਾ ਕਿ ਮੈਡਾਗਾਸਕਰ ਜਿਹੜਾ ਹੈ ਇਹ ਅਫਰੀਕਾ ਕੰਟੀਨੈਂਟ ਦੇ ਨਾ ਛੋਟਾ ਜਿਹਾ ਸਾਈਡ ਦੇ ਉੱਤੇ ਕੰਟੀਨੈਂਟ ਹੈ ਜਿਵੇਂ ਸਾਰਾ ਅਫਰੀਕਾ ਹੈ ਇਸ ਦੀ ਸਾਈਡ ਦੇ ਵਿੱਚ ਛੋਟਾ ਜਿਹਾ ਇੱਕ ਆਈਲੈਂਡ ਹੈ ਮੈਡਾਗਾਸਕਰ ਸੋ ਇੱਥੋਂ ਦੀ ਕਿਹੜੀ ਰੇਖਾ ਗੁਜ਼ਰਦੀ ਹੈ ਤਾਂ ਇੱਥੋਂ ਦੀ ਗੁਜ਼ਰਦੀ ਹੈ ਮਕਰ ਰੇਖਾ ਕਿਉਂਕਿ ਉੱਤਰ ਦੇ ਵਿੱਚ ਦੀ ਤਾਂ ਕਰਕ ਰੇਖਾ ਹੈ ਸੈਂਟਰ ਦੇ ਵਿੱਚ ਭੂਮਧਰੀ ਰੇਖਾ ਜਾਂਦੀ ਹੈ ਤੇ ਇੱਥੋਂ ਲੋ ਨੀਚੋਂ ਦੀ ਜਿਹੜੀ ਹੈ ਮਕਰ ਰੇਖਾ ਹੈ ਜਿਹੜੀ 23.5 ਡਿਗਰੀ ਦੱਖਣ ਦੇ ਵਿੱਚ ਸਥਿਤ ਹੈ ਨੈਕਸਟ ਹੈ ਮੈਕਸੀਕੋ ਰਾਜ ਵਿੱਚਕਾਰੋਂ ਕਿਹੜੀ ਰੇਖਾ ਗੁਜਰਦੀ ਹੈ ਸੋ ਮੈਕਸੀਕੋ ਦੇ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਸੀ ਕਰਕ ਰੇਖਾ ਗੁਜਰਦੀ ਹੈ ਮੈਕਸੀਕੋ ਜਿਹੜਾ ਹੈ ਇਹ ਨਾਰਥ ਅਮਰੀਕਾ ਦੇ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਸਥਿਤ ਕੇਂਦਰ ਹੈ ਨੈਕਸਟ ਹੈ ਜੀ ਅਫਰੀਕਾ ਮਹਾਦੀਪ ਦੇ ਕਿੰਨੇ ਦੇਸ਼ਾਂ ਦੇ ਵਿੱਚੋਂ ਦੀ ਕਰਕ ਰੇਖਾ ਗੁਜਰਦੀ ਹੈ ਅਫਰੀਕਾ ਮਹਾਦੀਪ ਦੇ 7 ਦੇਸ਼ਾਂ ਦੇ ਵਿੱਚੋਂ ਦੀ ਜਿਹੜੀ ਹੈ ਜੀ ਕਰਕ ਰੇਖਾ ਗੁਜਰਦੀ ਹੈ ਟ੍ਰੋਪਿਕ ਆਫ ਕੈਂਸਰ ਗੁਜਦੀ ਹੈ ਨੈਕਸਟ ਹੈ ਕਿਹੜੇ ਮਹਾਦੀਪਾਂ ਵਿੱਚਕਾਰੋਂ ਭੂਮੱਧ ਰੇਖਾ ਤੇ ਮਕਰ ਰੇਖਾ ਗੁਜਰਦੀ ਹੈ ਜੀ ਸੋ ਹੈ ਦੱਖਣੀ ਅਮਰੀਕਾ ਠੀਕ ਹੈ ਇੱਕ ਅਫਰੀਕਾ ਹੈ ਉਹਦੇ ਵਿੱਚ ਉਹਦੇ ਤਿੰਨੋਂ ਗੁਜਰਦੀਆਂ ਨੇ ਬਟ ਦੱਖਣੀ ਅਮਰੀਕਾ ਦੇ ਵਿੱਚ ਉਹ ਨਹੀਂ ਭੂਮਾਧ ਰੇਖਾ ਤੇ ਮਕਰ ਰੇਖਾ ਇਹ ਦੋਨੋਂ ਗੁਜਰਦੀਆਂ ਹੈਗੀਆਂ ਨੇ ਨੈਕਸਟ ਹੈ ਸੰਸਾਰ ਦੇ ਕਿੰਨੇ ਰਾਜਾਂ ਦੇ ਵਿਚਕਾਰੋਂ ਭੂਮਾਧ ਰੇਖਾ ਗੁਜਰਦੀ ਹੈ ਸੰਸਾਰ ਦੇ ਪੁੱਛਿਆ ਗਿਆ ਜੀ ਤਾਂ ਸੰਸਾਰ ਦੇ ਟੋਟਲ 11 ਦੇਸ਼ਾਂ ਦੇ ਵਿੱਚੋਂ ਨਿਕਲਦੀ ਹੈ ਭੂਮਾਧ ਰੇਖਾ ਇਕਵੇਟਰ ਜਿਹੜੀ ਹੈ ਜਿਹੜੀ ਕਿ 0 ਡਿਗਰੀ ਲੈਟੀਟਿਊਡ ਦੇ ਉੱਪਰ ਸਥਿਤ ਹੈ ਆਸਟ੍ਰੇਲੀਆ ਦੇ ਵਿੱਚੋਂ ਦੀ ਕਿਹੜੀ ਨਿਕਲਦੀ ਹੈ ਜੀ ਤਾਂ ਆਸਟ੍ਰੇਲੀਆ ਜਿਹੜਾ ਹੈ ਉਹ ਦੱਖਣ ਦੇ ਵਿੱਚ ਪੈਂਦਾ ਹੈ ਦੱਖਣੀ ਗੋਲਰ ਦੇ ਵਿੱਚ ਪੈਂਦਾ ਹੈ ਇਸ ਕਰਕੇ ਥੋਂ ਦੀ ਮਕਰ ਰੇਖਾ ਜਿਹੜੀ ਹੈ ਗੁਜਰਦੀ ਹੈ ਜਿਹੜੀ ਕਿ 23.5 ਡਿਗਰੀ ਦੱਖਣ ਦੇ ਵਿੱਚ ਸਥਿਤ ਹੈ ਨੈਕਸਟ ਹੈ ਦੱਖਣੀ ਅਮਰੀਕਾ ਦੇ ਕਿਸ ਦੇਸ਼ ਵਿੱਚਕਾਰੋਂ ਭੂਮੱਧ ਰੇਖਾ ਤੇ ਮਕਰ ਰੇਖਾ ਗੁਜਰਦੀ ਹੈ ਦੱਖਣੀ ਅਮਰੀਕਾ ਦੇ ਕਿਸ ਦੇਸ਼ ਵਿੱਚਕਾਰੋਂ ਭੂਮੱਧ ਰੇਖਾ ਅਤੇ ਮਕਰ ਰੇਖਾ ਗੁਜਰਦੀ ਹੈ ਤਾਂ ਬ੍ਰਾਜ਼ੀਲ ਦੇ ਵਿੱਚੋਂ ਦੀ ਗੁਜਰਦੀ ਹੈ ਬ੍ਰਾਜ਼ੀਲ ਦਾ ਜਿਹੜਾ ਸਾਈਜ਼ ਆ ਉਹ ਵੀ ਕਾਫੀ ਵੱਡਾ ਹੈ ਨੈਕਸਟ ਹੈ ਜੀ ਦੇਸ਼ਾਂਤਰ ਰੇਖਾਵਾਂ ਹੁੰਦੀਆਂ ਹੈਗੀਆਂ ਨੇ ਜੀ ਉੱਤਰ ਤੋਂ ਦੱਖਣ ਤੱਕ ਠੀਕ ਹੈ ਜਿਹੜੀਆਂ ਲੈਟੀਟਿਊਡ ਸੀ ਉਹ ਪੱਛਮ ਤੋਂ ਈਸਤ ਦੇ ਵਿੱਚ ਸੀਗੀਆਂ ਠੀਕ ਹੈ ਵੈਸਤ ਤੋਂ ਈਸ ਸੀਗੀਆਂ ਹੁਣ ਆਗੀਆਂ ਦੇਸ਼ਾਂਤਰ ਜਿਹਨੂੰ ਲੌਂਗੀਟਿਊਡ ਕਿਹਾ ਜਾਂਦਾ ਹੈ ਇਹ ਹੁੰਦੀਆਂ ਰੇਖਾਵਾਂ ਇਸ ਤਰੀਕੇ ਦੇ ਨਾਲ ਨਾਰਥ ਤੋਂ ਸਾਊਥ ਤੱਕ ਠੀਕ ਹੈ ਇਹ ਰੇਖਾਵਾਂ ਜਿਹੜੀਆਂ ਤੁਹਾਨੂੰ ਗਲੋਬ ਦੇ ਉੱਪਰ ਮਿਲਣੀਆਂ ਉਹ ਇਸ ਤਰੀਕੇ ਦੀਆਂ ਮਿਲਣੀਆਂ ਉੱਤਰ ਤੋਂ ਦੱਖਣ ਤੱਕ ਫੈਲੀਆਂ ਹੋਈਆਂ ਨੈਕਸਟ ਹੈ ਦੋ ਦੇਸ਼ਾਂਤਰ ਦੇ ਵਿਚਕਾਰ ਸਭ ਤੋਂ ਜ਼ਿਆਦਾ ਦੂਰੀ ਕਿੱਥੇ ਹੁੰਦੀ ਹੈ ਜੀ ਤਾਂ ਦੋ ਦੇਸ਼ਾਂ ਦੇ ਵਿਚਕਾਰ ਸਭ ਤੋਂ ਜ਼ਿਆਦਾ ਦੂਰੀ ਜਿਹੜੀ ਹੈ ਉਪਮਦ ਰੇਖਾ ਦੇ ਉੱਪਰ ਹੁੰਦੀ ਹੈ ਇਕਵੇਟਰ ਦੇ ਉੱਪਰ ਹੁੰਦੀ ਹੈ ਠੀਕ ਹੈ ਕਿਉਂਕਿ ਇਹ ਗਲੋਬ ਦੇ ਉੱਪਰ ਜਦੋਂ ਅਸੀਂ ਦੇਖਦੇ ਨਾ ਤਾਂ ਇੱਥੇ ਇਹ ਇਸ ਤਰੀਕੇ ਦੇ ਨਾਲ ਆਉਂਦੀਆਂ ਨੇ ਇਸ ਤਰ੍ਹਾਂ ਸਰਕਲ ਜਿਹਾ ਬਣਿਆ ਹੁੰਦਾ ਹੈ ਠੀਕ ਹੈ ਤਾਂ ਜਿਹੜੀ ਭੂਮਾਧ ਰੇਖਾ ਹੈ ਇੱਥੇ ਦੀ ਸਭ ਤੋਂ ਵੱਧ ਚੜਾਈ ਹੁੰਦੀ ਹੈ ਬਟ ਪੁਆਇੰਟ ਜਿਹੜਾ 90 ਵਾਲਾ ਹੈ ਇੱਥੇ ਸੁੰਗੜ ਜਾਂਦੀਆਂ ਨੇ ਜਿਵੇਂ ਜਿਵੇਂ ਅਸੀਂ ਉੱਤਰ ਤੋਂ ਬਰੁਣ ਜਾਂ ਦੱਖਣ ਤੋਂ ਬਰੁਣ ਜਾਵਾਂਗੇ 90 ਡਿਗਰੀ ਵੱਲ ਜਾਵਾਂਗੇ ਇਹਨਾਂ ਦੀ ਜਿਹੜੀ ਲੈਂਥ ਹੈ ਦੂਰੀ ਹੈ ਜਿਹੜੀ ਉਹ ਘਟਦੀ ਜਾਊਗੀ ਉਸੇ ਤਰੀਕੇ ਦੇ ਨਾਲ ਠੀਕ ਹੈ ਬਟ ਭੂਮਾਧ ਰੇਖਾ ਦੇ ਉੱਪਰ ਸਭ ਤੋਂ ਵੱਧ ਹੁੰਦੀ ਹੈ ਨੈਕਸਟ ਹੈ ਭੂਮਾਧ ਰੇਖਾ ਦੇ ਉੱਪਰ ਦੋ ਦੇਸ਼ਾਂਤਰ ਦੇ ਰੇਖਾ ਦੇ ਵਿਚਕਾਰ ਦੀ ਦੂਰੀ ਕਿੰਨੀ ਹੈ ਜੀ 111.3 ਕਿਲੋਮੀਟਰ ਹੈਗੀ ਹੈ 111.3 ਕਿ ਜਿਹੜੀ ਹੈ ਭੂਮਾਦਰੀ ਖਾ ਦੇ ਉੱਪਰ ਸਥਿਤ ਚੜਾਈ ਦੇਖਣ ਨੂੰ ਮਿਲਦੀ ਹੈ ਜੀ ਆ ਇਸ ਸਥਾਨ ਵਿਖੇ ਨੈਕਸਟ ਹੈ ਜੀ ਦੇਸ਼ਾਂਤਰ ਦੀ ਸੰਖਿਆ ਕਿੰਨੀ ਹੈ ਜੀ ਤਾਂ ਦੇਸ਼ਾਂਤਰ ਦੀ ਜਿਹੜੀ ਸੰਖਿਆ ਹੈ ਉਹ 360 ਹੈ ਇਹ ਧਰਤੀ ਦੇ ਉੱਪਰ ਜਿਹੜਾ ਹੈ ਗਲੋਬ ਦੇ ਉੱਪਰ ਟੋਟਲ ਇਸ ਤਰੀਕੇ ਦੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੀ ਟੋਟਲ ਸੰਖਿਆ 360 ਹੈ ਧਿਆਨ ਰੱਖਣਾ ਵਿਚਕਾਰ ਜਿਹੜੀ ਹੈ 0 ਡਿਗਰੀ ਹੈ ਇਸ ਤੋਂ ਇਸ ਸਾਈਡ ਦੇ ਵਿੱਚ ਜਾਨੀ ਕਿ ਪੱਛਮ ਦੇ ਵਿੱਚ ਵੀ 180 ਨੇਗੀਆਂ ਅਤੇ ਪੂਰਬ ਦੇ ਵਿੱਚ ਵੀ 180 ਨੇ ਦਾ ਟੋਟਲ ਮਿਲ ਕੇ ਜਿਹੜੀਆਂ ਇਹ 360 ਹੋ ਜਾਂਦੀਆਂ ਹੈਗੀਆਂ ਨੇ ਨੈਕਸਟ ਹੈ ਮੁੱਖ ਮੱਧਮਾ ਰੇਖਾ ਗੁਜ਼ਰਦੀ ਹੈ ਮੁੱਖ ਮੱਧਮਾ ਰੇਖਾ ਜਿਹੜੀ ਹੈ ਜ਼ੀਰੋ ਵਾਲੀ ਹੈ ਜਿਹੜੀ 0 ਡਿਗਰੀ ਹੈ ਨਾ ਇਸ ਨੂੰ ਕਿਹਾ ਜਾਂਦਾ ਹੈਗਾ ਪ੍ਰਾਈਮਰੀਟਨ ਲਾਈਨ ਜਾਂ ਇੰਟਰਨੈਸ਼ਨਲ ਟਾਈਮ ਲਾਈਨ ਵੀ ਇਸ ਨੂੰ ਕਿਹਾ ਜਾਂਦਾ ਹੈਗਾ ਤਾਂ ਇਹ ਹੈ ਗ੍ਰੀਨਵਿਚ ਇੱਥੋਂ ਦੀ ਗੁਜ਼ਰਦੀ ਹੈ ਅਤੇ ਇੱਥੋਂ ਹੀ ਜਿਹੜਾ ਸਾਡਾ ਟਾਈਮ ਪੂਰੇ ਸੰਸਾਰ ਦਾ ਉਹ ਸੈੱਟ ਕੀਤਾ ਜਾਂਦਾ ਹੈਗਾ ਓਕੇ 0 ਡਿਗਰੀ ਪ੍ਰਾਈਮ ਜਿਹੜੀ ਹੈ ਸੈਂਟਰ ਦੇ ਵਿੱਚੋਂ ਦੀ ਗੁਜ਼ਰ ਰਹੀ ਹੈ ਇਸ ਲਈ ਜੇਕਰ ਤੁਸੀਂ ਵੈਸਟ ਦੇ ਵਿੱਚ ਜਾਓਗੇ ਤਾਂ ਟਾਈਮ ਜਿਹੜਾ ਹੈ ਉਹ ਮਾਈਨਸ ਹੁੰਦਾ ਜਾਊਗਾ ਤੇ ਜੇਕਰ ਤੁਸੀਂ ਈਸਤ ਦੇ ਵਿੱਚ ਜਾਓਗੇ ਤਾਂ ਟਾਈਮ ਜਿਹੜਾ ਹੈ ਉਹ ਪਲੱਸ ਹੁੰਦਾ ਜਾਊਗਾ ਠੀਕ ਹੈ ਯਾਨੀ ਕਿ ਜੇਕਰ ਤੁਸੀਂ ਵੈਸਟ ਦੇ ਵਿੱਚ ਜਾਓਗੇ ਤਾਂ ਘੰਟਿਆਂ ਦੇ ਵਿੱਚ ਫਰਕ ਪਊਗਾ ਮੇਨ ਘੰਟਿਆਂ ਮਿੰਟਾਂ ਦੇ ਵਿੱਚ ਜੇ ਇੱਥੇ 12 ਵਜੇ ਹੋਏ ਨੇ ਤਾਂ ਵੈਸਟ ਦੇ ਵਿੱਚ ਜਿਹੜਾ ਹੈ 11 ਵਜੇ ਹੋਣਗੇ ਠੀਕ ਹੈ ਅਗਰ ਤੁਸੀਂ ਇਸ ਦੇ ਵਿੱਚ ਜਾਓਗੇ ਤਾਂ ਉੱਥੇ ਇੱਕ ਇਸ ਤੋਂ ਅੱਗੇ ਹੋਵੇਗਾ ਯਾਨੀ ਕਿ ਇੱਥੇ 1 ਵਜਾ ਹੋਵੇਗਾ ਇਹੀ ਫਰਕ ਹੈ ਵੈਸਟ ਦੇ ਵਿੱਚ ਠੀਕ ਹੈ ਗ੍ਰੀਨਵਿਚ ਤੋਂ ਨੈਕਸਟ ਹੈ ਜੀ ਮੁੱਖ ਮੱਧਮਾਨ ਰੇਖਾ ਹੈ ਜੀ ਸੋ ਮੁੱਖ ਮੱਧਮਾਨ ਰੇਖਾ ਹੈ 0 ਡਿਗਰੀ ਲੈਟੀਟਿਊਡ ਠੀਕ ਹੈ 0 ਡਿਗਰੀ ਲੈਟੀਟਿਊਡ ਦੇ ਵਿੱਚ ਇਸ ਨੂੰ ਵੰਡਿਆ ਗਿਆ ਹੈ ਜਿਹੜੀ ਕਿ ਇੰਟਰਨੈਸ਼ਨਲ ਟਾਈਮ ਲਾਈਨ ਕਹਾਉਂਦੀ ਹੈ ਗਿਆ ਨੈਕਸਟ ਹੈ ਮੁੱਖ ਮੱਧਮਾ ਰੇਖਾ ਗੁਜ਼ਰਦੀ ਹੈ ਸੋ ਮੁੱਖ ਮੱਧਮਾ ਰੇਖਾ ਗੁਜ਼ਰਦੀ ਹੈ ਜੀ ਯੂਕੇ ਦੇ ਵਿੱਚੋਂ ਦੀ ਫਰਾਂਸ ਦੇ ਵਿੱਚੋਂ ਦੀ ਸਪੇਨ ਦੇ ਵਿੱਚੋਂ ਦੀ ਅਲਜੀਰੀਆ ਦੇ ਵਿੱਚੋਂ ਦੀ ਘਾਨਾ ਵਿਦਿ ਤੇ ਅੰਟਾਰਕਟਿਕਾ ਦੇ ਵਿੱਚ ਦੀ ਬਟ ਇੱਕ ਚੀਜ਼ ਯਾਦ ਰੱਖਣਾ ਹੈ ਕਿ ਸਭ ਤੋਂ ਵੱਧ ਇੰਪੋਰਟੈਂਟ ਜਿਹੜਾ ਹੈ ਉਹ ਗ੍ਰੀਨ ਵਿੱਚ ਹੀ ਪੁੱਛਦੇ ਹੁੰਦੇ ਨੇ ਇਹ ਤਾਂ ਕੰਟਰੀਆਂ ਨੇ ਠੀਕ ਹੈ ਬਟ ਐਗਜੈਕਟ ਜਿਹੜਾ ਸਥਾਨ ਹੈ ਉਹ ਗ੍ਰੀਨ ਵਿੱਚ ਹੈ ਇਥੋਂ ਦੀ ਜ਼ਿਆਦਾ ਜਿਹੜੀ ਹੈ ਕੁਐਸਚਨ ਉਹ ਕ੍ਰੀਏਟ ਕੀਤਾ ਜਾਂਦਾ ਪੁੱਛਿਆ ਜਾਂਦਾ ਹੁੰਦਾ ਹੈ ਇਹਦੇ ਕਰੇ ਨੈਕਸਟ ਹੈ ਮੁੱਖ ਮੱਧਮਾਨ ਰੇਖਾ ਕਰਕ ਰੇਖਾ ਨੂੰ ਕਿੱਥੇ ਕੱਟਦੀ ਹੈ ਜੀ ਸੋ ਮੁੱਖ ਮੱਧਮਾਨ ਰੇਖਾ ਜਿਹੜੀ ਹੈ ਉਹ ਕਰਕ ਰੇਖਾ ਨੂੰ ਕੱਟਦੀ ਹੈ ਅਲਜੀਰੀਆ ਦੇ ਵਿੱਚ ਧਿਆਨ ਰੱਖਿਓ ਕਿ 0 ਡਿਗਰੀ ਆ ਰਹੀ ਹੈ ਠੀਕ ਹੈ 0 ਪਰਮਾਇਮੈਰੀਡੀਅਨ ਕਿਹਾ ਜਾਂਦਾ ਹੈ 33 ਡਿਗਰੀ ਜਿਹੜੀ ਹੈ ਕਰ ਕਰੀਖਾ ਵਾਲੀ ਬਣਦੀ ਹੈ ਸੋ ਇਹ ਕੱਟਦੀ ਹੈ ਇਸ ਸਥਾਨ ਵਿਕੇ ਅਲਜੀਰੀਆ ਤੇ ਨੈਕਸਟ ਹੈ ਮੁੱਖਮਦ ਮਾਨ ਰੇਖਾ ਜਿਹੜੀ ਹੈ ਊਪਮਦ ਰੇਖਾ ਨੂੰ ਕਿੱਥੇ ਕੱਟਦੀ ਹੈ ਜੀ ਸੋ ਊਪਮਦ ਰੇਖਾ ਜਿਹੜਾ ਹੈ ਸੈਂਟਰ ਵਾਲਾ ਪੁਆਇੰਟ ਹੈ ਜਿਹੜਾ 0 ਡਿਗਰੀ ਦੇ ਉੱਪਰ ਸਥਿਤ ਹੈ ਸੋ ਇਹ ਸਥਾਨ ਗਿਨੀ ਦੀ ਖਾੜੀ ਹੈ ਠੀਕ ਹੈ ਗਿਨੀ ਦੀ ਜਿਹੜੀ ਖਾੜੀ ਉੱਥੇ ਕੱਟਦੀ ਹੈ ਤੀਸਰਾ ਹੈ ਜੀ 0 ਡਿਗਰੀ ਦੇਸ਼ਾਂਤਰ ਦਾ ਜਿਹੜਾ ਉਪਯੋਗ ਹੈ ਉਹ ਕੀਤਾ ਜਾਂਦਾ ਹੈ ਕਿਸ ਲਈ ਸਮਾਨ ਨਿਰਧਾਰਤ ਕਰਨ ਦੇ ਲਈ ਟਾਈਮ ਸੈੱਟ ਕਰਨ ਦੇ ਲਈ ਜਿਹੜਾ ਸਟਾਪਰਜੋਗ ਕੀਤਾ ਜਾਂਦਾ ਹੈ ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਨਾ ਧਿਆਨ ਚ ਰੱਖਣਾ ਹੈ ਕਿ ਜਿਹੜਾ 0 ਡਿਗਰੀ ਵਾਲਾ ਨਾ ਉਹ ਕਾਫੀ ਇੰਪੋਰਟੈਂਟ ਹੈ atheeswari ਨਾ ਤੁਹਾਨੂੰ ਬਹੁਤ ਬਹੁਤ ਚਾਂਸ ਨੇ ਕਿ ਪੁੱਛਿਆ ਜਾਊਗਾ 0 ਡਿਗਰੀ ਜਿਹੜੀ ਹੈ ਇਹ ਇੰਟਰਨੈਸ਼ਨਲ ਟਾਈਮ ਡੈਲੀ ਲਾਈਨ ਹੈ ਇੰਟਰਨੈਸ਼ਨਲ ਟਾਈਮ ਲਾਈਨ ਕਿਉਂਕਿ ਇਥੋਂ ਟਾਈਮ ਜਿਹੜਾ ਹੈ ਉਹ ਸੈੱਟ ਕੀਤਾ ਜਾਂਦਾ ਹੈ ਸਮਾਨ ਨਿਰਧਾਰਤ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਨੈਕਸਟ ਹੈ ਜੀ 180 ਡਿਗਰੀ ਦੇ ਅੰਸ਼ਤਰ ਦੇ ਖਾ ਦਾ ਉਪਯੋਗ ਕੀਤਾ ਜਾਂਦਾ ਹੈ ਜੀ ਸੋ so, 180 ਡਿਗਰੀ ਜਿਹੜੀ ਦੇਸ਼ਾਂਤਰ ਹੈ ਦਾ ਪ੍ਰਯੋਗ ਕੀਤਾ ਜਾਂਦਾ ਹੈ ਮੀਤੀ ਨਿਰਧਾਰਤ ਕਰਨ ਦੇ ਲਈ ਅਤੇ ਇਸ ਨੂੰ ਇੰਟਰਨੈਸ਼ਨਲ ਡੇਟ ਲਾਈਨ ਕਿਹਾ ਜਾਂਦਾ ਹੈ ਓਕੇ ਧਿਆਨ ਰੱਖਣਾ 0 ਡਿਗਰੀ ਜਿਹੜੀ ਇਸ ਤਰੀਕੇ ਦੇ ਨਾਲ ਹੈ ਅਤੇ ਇਹਦੇ ਓਪੋਜ਼ਿਟ ਗਲੋਬ ਤੇ ਅਸੀਂ ਜਦੋਂ ਦੇਖਾਂਗੇ ਨਾ ਤੇ ਓਪੋਜ਼ਿਟ ਜਿਹੜਾ ਕਹਿ ਸਕਦੇ ਆਮਨੋ ਸਾਹਮਣੇ ਬਣੂਗੇ ਇਹ ਓਕੇ 0 ਡਿਗਰੀ ਜਿਹੜੀ ਹੈ ਉਹ ਟਾਈਮ ਲਾਈਨ ਬਣ ਜਾਂਦੀ ਹੈ ਅਤੇ ਜਿਹੜੀ 180 ਡਿਗਰੀ ਦੇਸ਼ਾਂਤਰ ਹੈ ਇਹ ਡੇਟ ਲਾਈਨ ਬਣ ਜਾਂਦੀ ਹੈ ਇਸ ਨੂੰ ਡੇਟ ਸੈੱਟ ਕੀਤੀ ਜਾਂਦੀ ਹੈ ਨੈਕਸਟ ਹੈ ਅੰਤਰਰਾਸ਼ਟਰੀ ਮਿਤੀ ਰੇਖਾ ਨੂੰ ਕਿੰਨੇ ਵਾਰ ਮੋੜਿਆ ਗਿਆ ਹੈ ਸੋ ਅੰਤਰਰਾਸ਼ਟਰੀ ਮਿਤੀ ਜਿਹੜੀ ਡੇਟ ਲਾਈਨ ਹੈ ਇਹਨੂੰ 4 ਵਾਰ ਮੋੜਿਆ ਗਿਆ ਹੈ ਤਾਂ ਕਿ ਸਾਰੇ ਸਥਾਨਾਂ ਦੇ ਉੱਪਰ ਜਿਹੜੀ ਡੇਟ ਹੈ ਉਹ ਇੱਕੋ ਜੀ ਸੈੱਟ ਕੀਤੀ ਜਾ ਸਕੇ ਧਰਤੀ ਦੇ ਉੱਪਰ ਗੁਰਤਾਕਰਸ਼ਣ ਸਭ ਤੋਂ ਘੱਟ ਕਿੱਥੇ ਹੁੰਦਾ ਹੈ ਜੀ ਤਾਂ ਭੂਮਧ ਰੇਖਾ ਦੇ ਉੱਪਰ ਹੁੰਦਾ ਹੈ ਠੀਕ ਹੈ 0 ਡਿਗਰੀ ਦੇ ਉੱਪਰ ਇਕਵੇਟਰ ਦੇ ਉੱਪਰ ਘੱਟ ਹੁੰਦਾ ਹੈ ਤੇ 90 ਡਿਗਰੀ ਦੇ ਉੱਪਰ ਜਿਹੜਾ ਹੈ ਇਹ ਵੱਧ ਹੁੰਦਾ ਹੈ ਨੈਕਸਟ ਹੈ ਹਾਰਸ ਲੈਟੀਟਿਊਡ ਲਾਈਨਸ ਕਿਹੜੀਆਂ ਨੇ ਜੀ ਇਹ ਮੋਸਟ ਮੋਸਟ ਇੰਪੋਰਟੈਂਟ ਨੇ ਭਾਈ ਇਹਨੂੰ ਤਾਂ ਧਿਆਨ ਰੱਖਣਾ ਕਿ 0 ਡਿਗਰੀ ਜਿਹੜੀ ਹੈ ਉਹ ਸਾਡੇ ਸੈਂਟਰ ਦੇ ਵਿੱਚ ਸਤ ਹੈ ਹਾਰਸ ਲੈਟੀਟਿਊਡ ਜਿਹੜੀਆਂ ਹੈਗੀਆਂ ਨੇ ਉਹ 30 ਡਿਗਰੀ ਤੋਂ ਲੈ ਕੇ 35 ਡਿਗਰੀ ਨਾਰਥ ਅਤੇ ਸਾਊਥ ਦੋਨਾਂ ਸਾਈਡਾਂ ਦੇ ਵਿੱਚ ਗੱਲ ਕੀਤੀ ਹੈ ਅਸੀਂ 23 ਡਿਗਰੀ ਦੀ ਕੀਤੀ ਸੀ ਇਸ ਤੋਂ ਉੱਪਰ ਜਾਵਾਂਗੇ ਅਸੀਂ ਕਿਉਂਕਿ 30 ਡਿਗਰੀ ਦੀ ਗੱਲ ਕੀਤੀ ਹੈ 30 ਡਿਗਰੀ ਤੋਂ ਲੈ ਕੇ 35 ਡਿਗਰੀ ਲਾਈਨ ਜਿਹੜੀਆਂ ਬਣੀਆਂ ਹੋਈਆਂ ਨੇ ਇਹਦਾ ਵਿਚਕਾਰਲਾ ਜਿਹੜਾ ਖੇਤਰ ਹੈ ਉਸ ਨੂੰ ਕਿਹਾ ਜਾਂਦਾ ਜੀ ਹਾਰਸ ਲੈਟੀਟਿਊਡ ਹਾਰਸ ਲੈਟੀਟਿਊਡ ਕਿਹਾ ਜਾਂਦਾ ਇਸ ਨੂੰ ਠੀਕ ਹੈ ਸੇਮ ਹੀ ਉੱਤਰ ਦੇ ਵਿੱਚ ਹੈ ਤੇ ਸੇਮ ਹੀ ਇਹ ਦੱਖਣ ਦੇ ਵਿੱਚ ਹੈ ਇਹਨਾਂ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਠੀਕ ਹੈ ਬਟ ਦਰਨੇਗੇ 30 ਡਿਗਰੀ ਤੋਂ ਲੈ ਕੇ 35 ਡਿਗਰੀ ਨਾਰਥ ਵਾਲਾ ਪੁਆਇੰਟ ਵੀ ਹੈ ਅਤੇ ਸਾਊਥ ਵਾਲਾ ਪੁਆਇੰਟ ਵੀ ਇਹ ਦੋਨਾਂ ਨੂੰ ਜਿਹੜਾ ਹੈ ਹਾਊਸ ਐਲਟੀਟਿਊਡ ਕਿਹਾ ਜਾਂਦਾ ਹੈ ਨੈਕਸਟ ਹੈ ਡੋਲ ਡ੍ਰਮ ਲੈਟੀਟਿਊਡ ਲਾਈਨਸ ਕਿਹੜੀਆਂ ਨੇ ਡੋਲ ਡ੍ਰਮ ਲੈਟੀਟਿਊਡ ਜਿਹੜੀਆਂ ਲਾਈਨ ਨੇ ਇਹ ਹੈਗੀਆਂ ਨੇ 0 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਦੀਆਂ ਦੋਨਾਂ ਸਾਈਡ ਦੇ ਵਿੱਚ ਹੀ ਇਹ ਮਿਲ ਨੂੰ ਮਿਲੂਗੀ ਠੀਕ ਹੈ 0 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਦਾ ਜਿਹੜਾ ਖੇਤਰ ਬੰਦਾ ਹੈ ਲੈਟੀਟਿਊਡ ਦੇ ਅਕੋਰਡਿੰਗ ਉਹਨੂੰ ਡੋਲ ਡ੍ਰਮ ਲੈਟੀਟਿਊਡ ਕਿਹਾ ਜਾਂ ਕਿਹੜੀ ਨਦੀ ਭੂਮਦਰੀਖਾ ਨੂੰ ਦੋ ਵਾਰ ਕੱਟਦੀ ਹੈ ਜੀ ਸੋ ਭੂਮਦਰੀਖਾ ਨੂੰ ਦੋ ਵਾਰ ਕੱਟਦੀ ਹੈ ਜੀ ਕਾਂਗੋ ਨਦੀ ਇਹ ਹੈ ਅਫਰੀਕਾ ਦੇ ਵਿੱਚ ਸਥਿਤ ਹੈ ਠੀਕ ਹੈ ਸੋ ਦੋ ਵਾਰ ਜਿਹੜੀ ਹੈ ਕੱਟ ਕਰ ਜਾਂਦੀ ਹੈਗੀ ਹੈ ਭੂਮਦਰੀਖਾ ਨੂੰ ਕਿਹੜੀ ਨਦੀ ਜਿਹੜੀ ਹੈ ਮਕਰ ਰੇਖਾ ਨੂੰ ਦੋ ਵਾਰ ਕੱਟਦੀ ਹੈ ਜੀ ਇਹ ਨਦੀ ਹੈ ਲਿਪੋ ਨਦੀ ਅਤੇ ਇਹ ਵੀ ਅਫਰੀਕਾ ਦੇ ਵਿੱਚ ਹੀ ਸਥਿਤ ਹੈਗੀ ਹੈ ਓਕੇ ਭੂਮਦਰੀਖਾ ਨੂੰ ਕਾਂਗੋ ਨਦੀ ਕੱਢਦੀ ਹੈ ਦੋ ਵਾਰ ਅਤੇ ਮਕਰ ਰੇਖਾ ਨੂੰ ਜਿਹੜਾ ਹੈ ਲਿਪੋ ਨਦੀ ਕੱਟਦੀ ਹੈ ਦੋ ਵਾਰ ਕਿਹੜੀ ਨਦੀ ਭਾਰਤ ਦੇ ਵਿੱਚ ਕਰਕ੍ਰਿਖਣ ਦੋ ਵਾਰ ਕੱਟਦੀ ਹੈ ਤਾਂ ਮਾਹੀ ਨਦੀ ਜਿਹੜੀ ਹੈ ਉਹ ਕਰਕ੍ਰਿਖਾ ਨੂੰ ਜਿਹੜਾ ਹੈ ਟ੍ਰੋਪਿਕ ਆਫ ਕੈਂਸਰ ਨੂੰ ਜਿਹੜੇ ਹੈ ਦੋ ਵਾਰ ਕੱਟਦੀ ਹੈਗੀ ਹੈਗੀ ਓਕੇ ਦੋ ਵਾਰੀ ਕੱਟਣ ਦਾ ਮਤਲਬ ਇਹ ਹੈ ਕਿ ਜਿਵੇਂ ਰਿਵਰ ਜਾਰੀ ਹੈਗੀ ਹੈਗੀ ਠੀਕ ਹੈ ਸੌਰੀ ਜਿਵੇਂ ਸਾਡੀ ਇਕਵੇਟਰ ਜਾਰੀ ਹੈ ਤਾਂ ਇਹਨੂੰ ਦੋ ਵਾਰ ਇਸ ਤਰੀਕੇ ਨਾਲ ਕੱਟਦੀ ਹੈ ਕ੍ਰੋਸ ਕਰ ਜਾਂਦੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਇਸੇ ਨੂੰ ਦੋ ਵਾਰੀ ਕੱਟਣਾ ਕਿਹਾ ਜਾਂਦਾ ਹੈ ਭਾਰਤ ਦੇ ਕਿੰਨੇ ਰਾਜਾਂ ਦੇ ਵਿੱਚੋਂ ਦੀ ਕਰਕ੍ਰਿਖਾ ਗੁਜ਼ਰਦੀ ਹੈ ਅੱਠ ਰਾਜਾਂ ਦੇ ਵਿੱਚੋਂ ਦੀ ਇਹ ਮੋਸਟ ਮੋਸਟ ਇੰਪੋਰਟੈਂਟ ਹੈ ਠੀਕ ਹੈ ਕਰਕ੍ਰਿ ਰੇਖਾ ਜਾਂ ਜਿਹੜੀ ਟਾਪਿਕ ਆਫ ਕੈਂਸਰ ਹੈ ਇਹ 23.5 ਡਿਗਰੀ ਨਾਰਥ ਦੇ ਵਿੱਚ ਸਥਿਤ ਹੈ ਇਹਦੇ ਵਿੱਚ ਕਿਹੜੇ ਕਿਹੜੇ ਰਾਜ ਨੇ ਇਹ ਵੀ ਨੋਟ ਕਰ ਲਿਓ ਗੁਜਰਾਤ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ੍ਹ ਝਾਰਖੰਡ ਵੈਸਟ ਬੰਗਾਲ ਤ੍ਰਿਪੁਰਾ ਤੇ ਮਜ਼ੁਰਮ ਇਹਨਾਂ ਦੇ ਵਿੱਚੋਂ ਦੀ ਇਹ ਗੁਜਰਦੀ ਹੈਗੀ ਹੈ ਮੱਧ ਪ੍ਰਦੇਸ਼ ਦੇ ਵਿੱਚੋਂ ਦੀ ਸਭ ਤੋਂ ਵੱਡੀ ਜਾਂ ਸਭ ਤੋਂ ਲੰਬੀ ਗੁਜਰਦੀ ਹੈ ਤ੍ਰਿਪੁਰਾ ਦੇ ਵਿੱਚ ਸਭ ਤੋਂ ਛੋਟੀ ਗੁਜਰਦੀ ਹੈ ਨੈਕਸਟ ਹੈ ਸਭ ਤੋਂ ਛੋਟਾ ਰਾਜ ਜਿੱਥੋਂ ਦੀ ਕਰਕਰੇਖਾ ਗੁਜ਼ਰਦੀ ਹੈਗੀ ਮੀਂਜ ਜਗੇ ਘੱਟ ਦੂਰੀ ਤੈਅ ਕਰਦੀ ਹੈਗੀ ਹੈਗੀ ਇਹ ਹੈ ਤ੍ਰਿਪੁਰਾ ਜੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਨੈਕਸਟ ਹੈ ਜੀ ਕਰਕਰੇਖਾ ਕਿੰਨੇ ਮਹਾਦੀਪਾਂ ਦੇ ਵਿਚਕਾਰੋਂ ਗੁਜ਼ਰਦੀ ਹੈ ਕਰਕਰੇਖਾ ਜਿਹੜੀ ਹੈ ਉਹ ਤਿੰਨ ਮਹਾਦੀਪਾਂ ਦੇ ਵਿਚਕਾਰੋਂ ਦੀ ਗੁਜ਼ਰਦੀ ਹੈਗੀ ਆ ਜੀ ਓਕੇ ਧਿਆਨ ਰੱਖਣਾ ਇੱਕ ਤਾਂ ਸਾਡਾ ਏਸ਼ੀਆ ਹੀ ਆ ਜਾਂਦਾ ਹੈ ਓਕੇ ਦੂਸਰਾ ਜਿਹੜਾ ਹੈ ਅਫਰੀਕਾ ਜਾਂਦਾ ਹੈ ਤੇ ਤੀਸਰਾ ਜਿਹੜਾ ਹੈ ਉਹ ਨਾਰਥ ਅਮਰੀਕਾ ਜਾਂਦਾ ਹੈ ਸੋ ਇਥੋਂ ਦੀ ਗੁਜਰਦੀ ਹੈ ਕਰਕਰੇਖਾ ਟ੍ਰੋਪਿਕ ਆਫ ਕੈਪ੍ਰਿਕੌਰਨ ਮਕਰ ਰੇਖਾ ਜਿਹੜੀ ਹੈ ਉਹ ਕਿੰਨੇ ਮਹਾਦੀਪਾਂ ਦੇ ਵਿੱਚੋਂ ਦੀ ਗੁਜਰਦੀ ਹੈ ਜੀ ਇਹ ਵੀ ਤਿੰਨ ਦੇ ਵਿੱਚੋਂ ਦੀ ਗੁਜਰਦੀ ਹੈ ਜੀ ਇੱਕ ਤਸ ਦੇ ਵਿੱਚ ਅਫਰੀਕਾ ਹੈ ਜੀ ਓਕੇ ਇੱਕ ਹੈ ਸਾਊਥ ਅਮਰੀਕਾ ਅਤੇ ਇੱਕ ਹੈ ਜੀ ਆਸਟ੍ਰੇਲੀਆ ਇਹਨਾਂ ਤਿੰਨਾਂ ਕੰਟੀਨੈਂਟਾਂ ਦੇ ਵਿੱਚੋਂ ਦੀ ਗੁਜਰਦੀ ਹੈ ਟ੍ਰੋਪਿਕ ਆਫ ਕੈਪ੍ਰਿਕੌਰਨ ਨੈਕਸਟ ਹੈ ਭੂਮਾਦ ਕਿੰਨੇ ਕਿੰਨੇ ਮਹਾਦੀਪਾਂ ਦੇ ਵਿੱਚੋਂ ਦੀ ਗੁਜ਼ਰਦੀ ਹੈ ਜੀ ਸਭ ਤੋਂ ਭੂਮਾਦ ਰೇಖਾ ਜਿਹੜੀ ਹੈ ਇਹ ਵੀ ਤਿੰਨ ਦੇ ਵਿੱਚੋਂ ਦੀ ਹੀ ਗੁਜ਼ਰਦੀ ਹੈਗੀ ਹੈਗੀ ਓਕੇ ਨੈਕਸਟ ਹੈ ਜੀ 99 ਨੰਬਰ ਪ੍ਰithvi ਇੱਕ ਘੰਟੇ ਦੇ ਵਿੱਚ ਕਿੰਨੇ ਦੇਸ਼ਾਂ ਤਰ ਘੁੰਮ ਲੈਂਦੀ ਹੈਗੀ ਹੈਗੀ ਸੋ ਧਿਆਨ ਰੱਖਣਾ ਕਿ ਜਿਹੜੀਆਂ ਲੈਟੀਟਿਊਡ ਲੌਂਗੀਟਿਊਡ ਨੇ ਉਸ ਤਰੀਕੇ ਦੇ ਨਾਲ ਹੈਗੀਆਂ ਨਿੰਗੀਆਂ ਠੀਕ ਹੈ ਸੋ ਇਹਨਾਂ ਦੀ ਦੂਰੀ ਜਿਹੜੀ ਹੈ ਵੱਧ ਤੋਂ ਵੱਧ ਉਹ 111 ਕਿ 0.3 ਕਿਲੋਮੀਟਰ ਸੀਗੀ ਅਤੇ ਇੱਕ ਦੂਰੀ ਜਾਨੀ ਕਿ 1 ਡਿਗਰੀ ਤੋਂ ਦੂਸਰੀ ਡਿਗਰੀ ਤੱਕ ਪਾਰ ਕਰਨ ਦੇ ਲਈ ਜਿਹੜਾ ਸਮਾਂ ਹੈ ਉਹ ਕਿੰਨਾ ਲੱਗਦਾ ਹੈ ਸੌੜ ਲੱਗਦਾ ਹੈ ਜੀ ਸੌਰੀ 1 ਘੰਟਾ ਹੈ ਠੀਕ ਹੈ ਪ੍ਰithvi ਜਿਹੜੀ ਹੈ ਉਹ 1 ਘੰਟੇ ਦੇ ਵਿੱਚ ਕਿੰਨੇ ਦੇਸ਼ਾਤਰ ਜਿਹੜੀ ਹੈ ਉਹ ਘੁੰਮ ਲੈਂਦੀ ਹੈ ਸੋ ਅਗਲਾ ਉਹ ਕੁਐਸਚਨ ਵੀ ਆਊਗਾ ਸ਼ਾਇਦ ਮੈਥੇ ਥੋੜੀ ਜਿਹੀ ਮਿਸਟੇਕ ਹੋ ਗਿਆ ਪ੍ਰithvi ਜਿਹੜੀ ਹੈ ਉਹ 1 ਘੰਟੇ ਦੇ ਵਿੱਚ ਕਿੰਨੇ ਦੇਸ਼ਾਤਰ ਘੁੰਮ ਲੈਂਦੀ ਹੈ ਤਾਂ 15 ਘੁੰਮ ਲੈਂਦੀ ਹੈ ਜੀ ਹੈਗੀ ਠੀਕ ਹੈ 15 ਦੇਸ਼ਾਂਤਰ ਨੂੰ ਜਿਹੜਾ ਹੈ ਪਾਰ ਕਰ ਲੈਂਦੀ ਹੈ ਇਸ ਤਰੀਕੇ ਦੇ ਨਾਲ ਠੀਕ ਹੈ ਟੋਟਲ 15 ਤੋਂ ਭੱਗ ਜਾਂਦੀ ਹੈ ਇੱਕ ਘੰਟੇ ਦੇ ਵਿੱਚ ਦੱਖਣੀ ਧਰੁਵ ਦਾ ਆਕਾਸ਼ਾਸ਼ ਹੈ ਸੋ ਦੱਖਣੀ ਧਰੁਵ ਜਿਹੜਾ ਹੈ ਉਹ 90 ਡਿਗਰੀ ਦੇ ਵਿੱਚ ਸਥਿਤ ਹੈ ਧਰੁਵ ਦਾ ਮਤਲਬ ਹੈ ਠੀਕ ਹੈ ਉੱਤਰੀ ਧਰੁਵ ਜਾਂ ਦੱਖਣੀ ਧਰੁਵ ਜਿਹੜਾ ਆਹ ਵਾਲਾ ਪੁਆਇੰਟ ਹੈ ਜਿਹੜਾ 90 ਡਿਗਰੀ ਦੇ ਉੱਪਰ ਸਥਿਤ ਹੈ ਠੀਕ ਹੈ ਜਿਹੜਾ ਉੱਤਰ ਦੇ ਵਿੱਚ ਹੈ ਇਹਨੂੰ ਉੱਤਰੀ ਧਰੁਵ ਕਿਹਾ ਜਾਊ ਜਿਹੜਾ ਦੱਖਣ ਦੇ ਵਿੱਚ ਹੈ ਉਹਨੂੰ ਦੱਖਣੀ ਧਰੁਵ ਕਿਹਾ ਜਾਊ ਇੱਥੇ ਦੱਖਣੀ ਪੁੱਛਿਆ ਇਸ ਕਰਕੇ 90 ਡਿਗਰੀ ਦੱਖਣ ਵਾਲਾ ਜਿਹੜਾ ਹੈ ਉਹ ਦੱਖਣੀ ਧ ਦਿਨ ਅਤੇ ਰਾਤ ਕਿੱਥੇ ਬਰਾਬਰ ਹੁੰਦੇ ਹੈਗੇ ਨੇ ਜੀ ਸੋ ਦਿਨ ਅਤੇ ਰਾਤ ਜਿਹੜੇ ਆ ਉਹ ਭੂਮੱਧ ਰੇਖਾ ਦੇ ਉੱਪਰ ਬਰਾਬਰ ਹੁੰਦੇ ਨੇ ਇਹ ਮੈਂ ਦੱਸਿਆ ਸੀ ਕਿ 0 ਡਿਗਰੀ ਦੇ ਉੱਪਰ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਜਿਹਦੇ ਕਰਕੇ ਇੱਥੇ ਦਿਨ ਅਤੇ ਰਾਤ ਬਰਾਬਰ ਰਹਿੰਦੇ ਨੇ 12 ਘੰਟਿਆਂ ਦੇ ਦਿਨ ਅਤੇ 12 ਘੰਟਿਆਂ ਦੀ ਰਾਤ ਇੱਕ ਦੇਸ਼ਾਂਤਰ ਤੋਂ ਦੂਸਰੇ ਦੇਸ਼ਾਂ ਦੇ ਵਿਚਕਾਰ ਦੇਸ਼ਾਂਤਰ ਦੇ ਵਿਚਕਾਰ ਕਿੰਨੇ ਸਮੇਂ ਦਾ ਅੰਤਰ ਹੁੰਦਾ ਹੈ ਸੋ ਇਹ ਆ ਗਿਆ ਸੀ ਕੁਐਸਚਨ ਉਹ ਜਿਹੜਾ ਆਪਾਂ ਦੱਸ ਰਹੀ ਸੀ ਇਹ 4 ਮਿੰਟਾਂ ਦਾ ਸਮਾਂ ਹੁੰਦਾ ਹੈ ਠੀਕ ਹੈ ਇੱਕ ਦੇਸ਼ਾਂਤਰ ਤੋਂ ਦੂਸਰੇ ਦੇਸ਼ਾਂ ਤੱਕ ਤਰ ਤੱਕ ਪਹੁੰਚਣ ਦੇ ਲਈ ਜਿਹੜਾ ਸਮਾਂ ਲੱਗਦਾ ਹੈ ਉਹ 4 ਮਿੰਟਾਂ ਦਾ ਸਮਾਂ ਲੱਗਦਾ ਹੈਗਾ ਠੀਕ ਹੈ ਇਸੇ ਤਰੀਕੇ ਦੇ ਨਾਲ ਅਸੀਂ ਜਦੋਂ 4 1 ਡਿਗਰੀ ਨੂੰ ਜਦੋਂ ਕਹਿੰਦੇ ਹਾਂ ਨਾ 360 ਡਿਗਰੀ ਨੇ ਟੋਟਲ ਤਾਂ ਉਹਨੂੰ ਜਦੋਂ ਅਸੀਂ 4 ਨਾਲ ਗੁਣਾ ਕਰਾਂਗੇ ਠੀਕ ਹੈ ਉਸ ਤਰੀਕੇ ਦੇ ਨਾਲ ਸਾਡੇ ਕੋਲ 24 ਘੰਟੇ ਆਉਂਦੇ ਹੈਗੇ ਨੇ ਬਣ ਕੇ ਟੋਟਲ ਜੇ ਤੁਸੀਂ ਗੁਣਾ ਕਰਕੇ ਦੇਖੋਗੇ ਓਕੇ ਇਹ ਥਿਊਰੀ ਦੇ ਵਿੱਚ ਮੈਂ ਸਮਝਾਇਆ ਹੋਇਆ ਤੁਸੀਂ ਉੱਥੋਂ ਜਿਹੜਾ ਦੇਖ ਸਕਦੇ ਹੋ नेक्स्ट ਹੈ ਜੀ ਉਪੋਸ਼ਣ ਉੱਚ ਦਬਾਅ ਦੇ ਕੰਟੀ ਕਟੇਬੰਦ ਜਿਹੜੇ ਕਿਹਾ ਜਾਂਦਾ ਹੈ ਉਪੋਸ਼ਣ ਉੱਚ ਦਬਾਅ ਦੇ ਇਕੱਠੀ ਬੰਦ ਨੂੰ ਕਿਹਾ ਜਾਂਦਾ ਹੈ ਹੌਰਸ ਅਕਾਂਸ਼ ਜਿਹੜੀਆਂ ਕਿ 30 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਉੱਤਰੀ ਅਤੇ ਦੱਖਣ ਦੇ ਵਿੱਚ ਅਸੀਂ ਇਹ ਉੱਚ ਦਬਾਅ ਵਾਲੇ ਖੇਤਰ ਨੇਗੇ ਉਪੋਸ਼ਣ ਖੇਤਰ ਦੇ ਵਿੱਚ ਸਬਟ੍ਰੋਪੀਕਲ ਖੇਤਰ ਦੇ ਵਿੱਚ ਹਾਈ ਪ੍ਰੈਸ਼ਰ ਵਾਲੇ ਜਿਹੜੇ ਇਹ ਖੇਤਰ ਨੇਗੇ ਗ੍ਰੀਨਵਿਚ ਮੱਧਮਾਨ ਰੇਖਾ ਗ੍ਰੀਨਵਿਚ ਮੱਧ ਰੇਖਾ ਜੀ ਐਮ ٹی ਕਹਾਉਂਦੀ ਹੈਗੀ ਇਹ ਠੀਕ ਹੈ ਮੱਧਮਾਨ ਰੇਖਾ ਅਤੇ ਭਾਰਤੀ ਪ੍ਰਮਾਨ ਰੇਖਾ ਇੰਟਰਨੈਸ਼ਨਲ ਜਿਹੜਾ ਹੈ ਇੰਡੀਅਨ ਸਟੈਂਡਰਡ ਟਾਈਮ ਜਿਹੜਾ ਸਾਡਾ ਓਕੇ ਇਹਦੇ ਵਿੱਚ ਕਿੰਨਾ ਅੰਤਰ ਹੈ ਤਾਂ ਸਾਢੇ 5 ਘੰਟੇ ਦਾ ਸਮਾਂ ਹੈਗਾਗਾ ਸਾਢੇ 5 ਘੰਟਿਆਂ ਦਾ ਅੰਤਰ ਹੈ ਜਦੋਂ ਵੀ ਤੁਸੀਂ ਟਾਈਮ ਸੈੱਟ ਕਰਦੇ ਹੋ ਤਾਂ ਤੁਹਾਡੇ ਫੋਨ ਦੇ ਉੱਪਰ ਇਹ ਸ਼ੋਅ ਕਰਦਾ ਹੁੰਦਾ ਹੈ ਕਿ ਤੁਸੀਂ ਗ੍ਰੀਨਵਿਚ ਦੇ ਨਾਲੋਂ ਕਿੰਨੇ ਅੱਗੇ ਹੋ ਤੇ ਤੁਸੀਂ ਦੇਖ ਸਕਦੇ ਹੋ ਈਜ਼ੀਲੀ ਕਿ ਤੁਸੀਂ ਸਾਢੇ 5 ਘੰਟੇ ਵਾਲਾ ਜਿਹੜਾ ਪੁਆਇੰਟ ਉਹ ਚੁੰਦਦੇ ਹੋ ਜਿਹਨੂੰ ਕੋਲਕੱਤਾ ਵਰਤਮਾਨ ਸਮੇਂ ਕੋਲਕੱਤਾ ਸ਼ੋਅ ਕਰਦਾ ਹੈ ਕੋਲਕੱਤਾ ਦੇ ਨਾਲ ਸਾਢੇ 5 ਘੰਟੇ ਲਿਖਿਆ ਹੁੰਦਾ ਹੈ ਇਹ ਦੇ ਅਕੋਰਡਿੰਗ ਤੁਹਾਡਾ ਜਿਹੜਾ ਉਹ ਸਹੀ ਹੋ ਜਾਂਦਾ ਟਾਈਮ ਇਤਨਾ ਹੀ ਚੀਜ਼ ਧ ਇਹ ਤਾਂ ਜਿਹੜੀ ਹੈ ਮੁੱਖ ਮੱਧਮ ਅੰरेखਾ ਜਿਹੜੀ ਹੈ ਇੰਟਰਨੈਸ਼ਨਲ ਵਾਲੀ ਹੈ ਇਹ ਤਾਂ ਗ੍ਰੀਨਵਿਚੋਂ ਹੀ ਨਿਕਲ ਗਈ ਹੈ ਇੱਥੇ ਤੁਹਾਨੂੰ ਦਿੱਤਾ ਪਿਆ ਹੈ ਬਟ ਜਿਹੜਾ ਇੰਡੀਆ ਦੀ ਨਾ ਕਿ ਇੰਡੀਆ ਦੀ ਪੁੱਛ ਲੈਂਦੇ ਹੈ ਕਿ ਇੰਡੀਆ ਦੀ ਜਿਹੜੀ ਇੰਡੀਅਨ ਸਟੈਂਡਰਡ ਟਾਈਮ ਲਾਈਨ ਹੈ ਇਹ ਕਿੱਥੋਂ ਦੀ ਗੁਜ਼ਰਦੀ ਹੈ ਤਾਂ ਇਹ ਇਲਾਹਾਬਾਦ ਦੇ ਵਿੱਚੋਂ ਹੀ ਗੁਜ਼ਰਦੀ ਹੈ ਇਲਾਹਾਬਾਦ ਇਸ ਸਥਾਨ ਦੇ ਵਿੱਚੋਂ ਦੀ ਇਹ ਗੁਜ਼ਰਦੀ ਹੈ ਓਕੇ ਇੱਥੋਂ ਸਾਡਾ ਟਾਈਮ ਸੈੱਟ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਕਿਹੜਾ ਜਲੰਧਰੂ ਅੰਤਰਰਾਸ਼ਟਰੀ ਮਿਤੀ ਰੇਖਾ ਦੇ ਸਭ ਤੋਂ ਨੇੜੇ ਹੈ ਸੋ ਇਹ ਹੈ ਜੀ ਬੈਰਿੰਗ ਜਲਡਮਰੂ ਬੈਰਿੰਗ ਸਟ੍ਰੇਟ ਹੈ ਜਿਹੜਾ ਕਿ ਅੰਤਰਰਾਸ਼ਟਰੀ ਮਿਤੀ ਦੇ ਮਿਤੀ ਰੇਖਾ ਦੇ ਸਭ ਤੋਂ ਕਰੀਬ ਮੰਨਿਆ ਜਾਂਦਾ ਹੈ ਨੈਕਸਟ ਹੈ ਜੀ ਕਿਸੇ ਸਥਾਨ ਦਾ ਸਥਾਨਕ ਸਮਾਂ 6 ਹੈ 6 ਵਜੇ ਹੋਏ ਹੈਗੇ ਨੇ ਜਦੋਂ ਕਿ ਗ੍ਰੀਨਵਿਚ ਦੇ ਵਿੱਚ ਜਿਹੜਾ ਟਾਈਮ ਹੈ ਉਹ 3 ਵਜੇ ਹੋਏ ਨੇ ਤਾਂ ਉਸ ਸਮੇਂ ਦੀ ਸਥਾਨਕ ਜਿਹੜੀ ਕਹਿੰਦੇ ਆ ਸਥਾਨ ਦੀ ਦੇਸ਼ਾਧਰ ਰੇਖਾ ਕੀ ਹੋਵੇਗੀ ਤਾਂ ਇੱਥੇ ਲੇਟੀਟਿਊਡ ਲੰਗਿਟਿਊਡ ਪੁੱਛਾਇਆ ਕਿ ਕਿੰਨੀ ਹੋਵੇਗੀ ਓਕੇ ਸੋ ਇਹ ਮੈਂ ਤੁਹਾਨੂੰ ਸਮਝਾਇਆ ਹੋਇਆ ਤੁਸੀਂ ਉੱਥੋਂ ਨੋਟ ਕਰ ਲੈਣ ਠੀਕ ਹੈ ਥੋੜੀ ਦੇ ਕਿਉਂਕਿ ਇਹ ਤੇ ਨਾ ਥੋੜਾ ਜਿਹਾ ਮਾਊਸ ਦੇ ਨਾਲ ਸਹੀ ਲਿਖਿਆ ਨਹੀਂ ਜਾਂਦਾ ਵੈਸੇ ਛੋਟੀ-ਬੁਟੀ ਚੀਜ਼ਾਂ ਬਣਾ ਲੈਣਾ ਓਕੇ ਤਾਂ 6 ਘੰਟੇ ਦਾ ਸਮਾਂ ਹੈਗਾਗਾ ਠੀਕ ਹੈ ਸਾਡੇ ਵੈਸੇ ਸਥਾਨਕ ਸਮਾਂ ਪੁੱਛਿਆ ਹੈ ਅਤੇ ਇਸ ਤੋਂ ਲਾਵਾ ਗ੍ਰੀਨਵਿਚ ਦਾ ਸਮਾਂ ਦੱਸਿਆ ਕਿ ਉੱਥੇ 3 ਵਜੇ ਹੋਏ ਨੇ ਤਾਂ ਤਿੰਨ ਦੇ ਹਿਸਾਬ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ 3 ਘੰਟੇ ਅੱਗੇ ਹੈ ਜਿਹੜਾ ਟਾਈਮ ਦੱਸਿਆ ਗਿਆ ਹੈ ਠੀਕ ਹੈ ਤਾਂ ਤੈਨੂੰ ਤੁਸੀਂ ਵੰਡ ਲਉਂਗੀ ਕਿ ਕਿੰਨੇ ਦਾ ਬੰਦਾ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਉਸਤਿਆਂ ਲੈਟੀਟਿਊਡ ਆ ਉਹ ਨਿਕਲ ਆਉਣਗੀਆਂ ਠੀਕ ਹੈ ਤਾਂ ਇੱਥੇ 45 ਡਿਗਰੀ ਪੂਰਬ ਬਣ ਜਾਊਗਾ ਨੈਕਸਟ ਹੈ ਜੇਕਰ ਦੋ ਥਾਣਿਆਂ ਦੇ ਵਿਚਕਾਰ ਦਾ ਸਮਾਂ ਅੰਤਰਾਲ 2 ਘੰਟੇ ਹੈ 2 ਘੰਟੇ 20 ਮਿੰਟ ਹੈ ਤਾਂ ਦੇਸ਼ਾਤਰ ਦੇ ਵਿੱਚ ਕੀ ਅੰਤਰ ਹੋਊਗਾ ਤਾਂ 30 ਡਿਗਰੀ ਦਾ ਜਿਹੜਾ ਅੰਤਰ ਹੋਊਗਾ ਠੀਕ ਹੈ ਇੱਥੇ 45 ਹੈ ਕਿਉਂਕਿ ਇੱਥੇ ਇੱਕ 3 ਘੰਟਿਆਂ ਦਾ ਫਰਕ ਹੈ ਬਟ ਇੱਥੇ ਇਹਨਾਂ ਨੇ ਦੱਸਿਆ ਹੈ ਕਿ 2 ਘੰਟੇ 20 ਮਿੰਟਾਂ ਦਾ ਤਾਂ ਉੱਤੇ 35 ਡਿਗਰੀ ਦਾ ਹੋਊਗਾ ਨੈਕਸਟ ਹੈ ਜੀ ਅੰਤਰਰਾਸ਼ਟਰੀ ਦਿਨਾਕ ਰੇਖਾ ਖਿੱਚੀ ਗਈ ਹੈ ਸੋ ਇਹ ਹੈ ਜੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਨਹੀਂ ਖਿੱਚੀ ਗਈ ਹੈ ਪੈਸੀਫਿਕ ਓਸ਼ਨ ਦੇ ਵਿੱਚੋਂ ਦੀ ਖਿੱਚੀ ਗਈ ਹੈ ਜੀ ਨੈਕਸਟ ਹੈ 0 ਡਿਗਰੀ ਕਾਂਸ਼ਸ਼ ਤੇ 0 ਡਿਗਰੀ ਦੇਸ਼ਾਂਤਰ ਇੱਕ ਦੂਸਰੇ ਨੂੰ ਕਿੱਥੇ ਕੱਢਦੇ ਹੈਗੇ ਆ ਸੋ ਦੱਖਣੀ ਅਟਲੈਂਟਿਕ ਦੇ ਵਿੱਚ ਖਿੱਚ ਕੱਢਦੇ ਸੋ ਇੱਕ ਤਾਂ 0 ਡਿਗਰੀ ਜਿਹੜੀ ਹੈ ਉਹ ਦੇਸ਼ਾਂਤਰ ਹੋ ਗਈ ਹੈ ਇਹ ਵਾਲੀ ਹੋ ਗਈ ਹੈ ਅਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ 0 ਡਿਗਰੀ ਇਕਵੇਟਰ ਜਿਹਨੂੰ ਆਪਾਂ ਕਹਿੰਦੇ ਆ 0 ਡਿਗਰੀ ਕਾਂਸ਼ਸ਼ ਸੋ ਇਹ ਕਿਹੜੇ ਸਥਾਨ ਤੇ ਕੱਢਦੀ ਆਪਸ ਦੇ ਵਿੱਚ ਅ ਦੱਖਣੀ ਅਟਲੈਂਟਿਕ ਮਹਾਸਾਗਰ ਦੇ ਵਿੱਚ ਕੱਢਦੀਆਂ ਇਹ ਦੋਨੋਂ ਇੱਕ ਦੂਜੇ ਨੂੰ ਨੈਕਸਟ ਹੈ ਭਾਰ ਦੀ ਸਥਿਤੀ ਹੈ ਸੋ ਭਾਰ ਦੀ ਸਥਿਤੀ ਹੈ ਜੀ ਬੀ ਪੁਆਇੰਟ ਯਾਨੀ ਕਿ ਬੀ ਡਿਗਰੀ 5 5 ਪੰਜ ਮਿੰਟ ਨਾਰਥ ਦੇ ਵਿੱਚ ਹੈ 78 70 ਡਿਗਰੀ 9 ਮਿੰਟ ਜਿਹੜਾ ਹੈ ਈਸਟ ਦੇ ਵਿੱਚ ਸਥਿਤ ਹੈ ਸਾਡਾ ਭਾਰਤ ਠੀਕ ਹੈ ਇਹ ਭਾਰਤ ਦੀ ਸਥਿਤੀ ਹੈ ਵੈਸੇ ਤਾਂ ਪੁੱਛਦੇ ਨਹੀਂ ਹੈਗੇ ਬਹੁਤ ਘੱਟ ਪੁੱਛਿਆ ਦਾ ਇਸ ਕਰਕੇ ਗੱਲਾ ਭਾਰ ਦਾ ਹੀ ਐਡ ਕੀਤਾ ਹੋਇਆ ਮੈਂ ਇਹਦੇ ਵਿੱਚ ਓਕੇ ਨੈਕਸਟ ਹੈ ਜੀ ਭਾਰਤ ਕਿਹੜੇ ਗੋਲ ਅਰਧ ਦੇ ਵਿੱਚ ਸਥਿਤ ਹੈ ਜੀ ਸੋ ਭਾਰ ਜਿਹੜਾ ਹੈ ਦੱਖਣੀ ਉਤਰੀ ਗੋਲਰ ਦੇ ਵਿੱਚ ਹੈ ਕਿਉਂਕਿ 0 ਡਿਗਰੀ ਜਿਹੜੀ ਹੈ ਇਕਵੇਟਰ ਵਾਲੀ ਹੋ ਗਈ ਹੈ ਤੇ ਉੱਤਰ ਦੇ ਵਿੱਚ 23.5 ਡਿਗਰੀ ਦੇ ਉੱਪਰ ਕਿਹੜਾ ਸੀਗਾ ਜੀ ਠੀਕ ਹੈ ਸਾਡਾ ਭਾਰਤ ਜਿਹੜਾ ਹੈ ਉਤਰੀ ਗੋਲਰ ਦੇ ਵਿੱਚ ਪੈਂਦਾ ਹੈ ਕਿਉਂਕਿ ਇਹਦੇ ਵਿੱਚੋਂ ਦੀ ਕਰਕ੍ਰਿ ਰੇਖਾ ਗੁਜ਼ਰਦੀ ਹੈ ਟ੍ਰੋਪਿਕ ਆਫ ਕੈਂਸਰ ਗੁਜ਼ਰਦੀ ਹੈ ਤੇ ਇਹ 23.5 ਡਿਗਰੀ ਉੱਤਰ ਦੇ ਵਿੱਚ ਸਥਿਤ ਹੈ ਸਿੰਪਲ ਜਿਹਾ ਜਿਹੜਾ ਅਰਥ ਹੈ ਇਸ ਦਾ ਓਕੇ ਭੂ ਮਧ ਰੇਖਾ ਦੇ ਉੱਪਰ ਸਥਿਤ ਸਭ ਤੋਂ ਲੰਬੀ ਨਦੀ ਕਿਹੜੀ ਹੈ ਜੀ ਭੂ ਮਧ ਰੇਖਾ ਦੇ ਉੱਪਰ ਸਭ ਤੋਂ ਲੰਬੀ ਨਦੀ ਹੈ ਜੀ ਐਮਾਜ਼ਨ ਨਦੀ ਜਿਹੜੀ ਕਿ ਬ੍ਰਾਜ਼ੀਲ ਦੇ ਵਿੱਚ ਸਥਿਤ ਹੈ भूमद रेखा की लंबाई कि चाली हज़ार पचहत्तर किलोमीटर है जी भूमाध रेखा की लंबाई टोटल नैक्सट है जी मकर रेखा के उपर सब तो व्डा देश कि है जी मकर रेखा के उपर सब तो वाला है जी आसट्रेली क्योंकि वह एक कॉन्टीनेंट है ठीक है इस करके सब तो व्डा देश कहता है किसके उपर जी मकर रेखा के उपर वैसे रूस है संसार का सब तो व्डा ओके कालााहारी मारूसाल स्थित है जी मकर रेखा के उपर मकर रेखा के उपर स्थित है कालााहारी ओके ये कितने स्थित है ਅਫਰੀਕਾ ਦੇ ਵਿੱਚ ਨੈਕਸਟ ਹੈ ਜੀ ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਜੀ ਪੱਛਮ ਤੋਂ ਪੂਰਬ ਦੇ ਵਿੱਚ ਠੀਕ ਹੈ ਧਿਆਨ ਰੱਖਣਾ ਕਿ ਪੱਛਮ ਤੋਂ ਜਾਂਦੀ ਹੈ ਅਤੇ ਪੂਰਬ ਦੇ ਵੱਲ ਘੁੰਮਦੀ ਹੈਗੀ ਇਸ ਤਰੀਕੇ ਦੇ ਨਾਲ ਮੂਵਮੈਂਟ ਹੁੰਦੀ ਹੈ ਧਰਤੀ ਦੀ ਨੈਕਸਟ ਹੈ ਜੀ ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਣ ਦੀ ਗਤੀ ਕਿਹੜੀ ਹੈ ਜੇ ਅਨਕੋ ਇੱਥੇ ਧਰਤੀ ਆਪਣੀ ਧੁਰੇ ਦੇ ਦੁਆਲੇ ਘੁੰਮਦੀ ਕਿਹੜੀ ਦਿਸ਼ਾ ਦੇ ਵਿੱਚ ਹੈ ਉਹ ਪੱਛਮ ਤੋਂ ਪੂਰਬ ਦੇ ਵਿੱਚ ਘੁੰਮਦੀ ਹੈਗੀ ਹੈ ਸੂਰਜ ਵੀ ਇਸੇ ਡਾਇਰੈਕਸ਼ਨ ਦੇ ਵਿੱਚ ਹੀ ਘੁੰਮਦਾ ਠੀਕ ਹੈ ਮੋਸਟਲੀ ਸਾਰੇ ਪਲੈਨਟ ਅਹੀ ਇਸ ਦਿਸ਼ਾ ਦੇ ਵਿੱਚ ਘੁੰਮਦੇ ਹੋਏਗੇ ਨੇਗੇ ਇਹ ਵੀ ਯਾਦ ਰੱਖ ਲੈਣਾ ਹੈਗਾ ਠੀਕ ਹੈ ਇਕੱਲੇ ਸ਼ੁਕਰ ਨੂੰ ਤੇ ਨੈਪਚੂਨ ਨੂੰ ਛੱਡ ਕੇ ਠੀਕ ਹੈ ਇਹਨਾਂ ਨੂੰ ਛੱਡ ਕੇ ਜਿਹੜਾ ਹੈ ਸਾਰੇ ਦੇ ਸਾਰੇ ਜਿਹੜੇ ਪਲੈਨਟ ਨੇ ਉਸੇ ਤਰੀਕੇ ਦੇ ਨਾਲ ਘੁੰਮਦੇ ਹੋਏਗੇ ਨੇ ਧਰਤੀ ਦਾ ਆਪਣੀ ਧੁਰੇ ਦੇ ਦੁਆਲੇ ਘੁੰਮਣ ਦੀ ਜਿਹੜੀ ਗਤੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਹਨੂੰ ਕਿਹਾ ਜਾਂਦਾ ਹੈ ਦਿਨਕ ਗਤੀ ਧਰਤੀ ਹੈ ਆਪਣੇ ਹੀ ਦਿਵਾਲੇ ਜਿਹੜੀ ਹੈ ਚੱਕਰ ਲਗਾ ਰਹੀ ਹੈ ਇਸ ਨੂੰ ਕਿਹਾ ਜਾਂਦਾ ਹੈ ਦਿਨਕ ਗਤੀ ਜਿਹਦੇ ਨਾਲ ਧਰਤੀ ਦੇ ਉੱਪਰ ਦਿਨ ਅਤੇ ਰਾਤ ਬਦਲਦੇ ਹਨ ਧਰਤੀ ਦਾ ਸੂਰਜ ਦੇ ਦੁਆਲੇ ਘੁੰਮਣ ਦੀ ਜਿਹੜੀ ਗਤੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਜੀ ਇਸ ਨੂੰ ਕਿਹਾ ਜਾਂਦਾ ਹੈ ਵਾਰਸ਼ਿਕ ਗਤੀ ਮੀਨਜ਼ ਕਿ ਇਹ ਸੂਰਜ ਹੈ ਤੇ ਧਰਤੀ ਜਿਹੜੀ ਹੈ ਇਸ ਦੇ ਦੁਆਲੇ ਜਦੋਂ ਚੱਕਰ ਲਗਾਉਂਦੀ ਹੈ ਉਹ ਬਣ ਜਾਂਦੀ ਹੈ ਵਾਰਸ਼ਿਕ ਗਤੀ ਜਿਸ ਦੇ ਕਰਕੇ ਰੁੱਤਾਂ ਦੇ ਵਿੱਚ ਪਰਿਵਰਤਨ ਹੁੰਦਾ ਹੈਗਾ ਨੈਕਸਟ ਹੈ ਜੀ ਧਰਤੀ ਆਪਣੀ ਧੁਰੇ ਦੇ ਦੁਆਲੇ ਕਿੰਨੇ ਸਮੇਂ ਦੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਸੋ 23 ਘੰਟੇ 56 ਮਿੰਟ 4.69 ਸਕੰਡ ਜਿਹੜੇ ਹੈ ਉਹ ਲੱਗਦੇ ਹੈਗੇ ਨੇ ਇਸ ਨੂੰ ਨੈਕਸਟ ਹੈ ਧਰਤੀ ਆਪਣੀ ਧੁਰੇ ਦੇ ਦੁਆਲੇ ਭੂਮਦ ਰੇਖਾ ਅਤੇ ਭੂਮਦ ਰੇਖਾ ਦੇ ਘੁੰਮਣ ਦੀ ਗਤੀ ਕਿੰਨੀ ਹੈ ਜੀ ਤਾਂ 1680 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਘੁੰਮਦੀ ਹੈ ਜੇ ਧਰਤੀ ਠੀਕ ਆਪਣੀ ਧੁਰੇ ਦੇ ਦੁਆਲੇ ਅਤੇ ਭੂਮਦ ਦੇ ਜਿਹੜਾ ਨੇ ਦੱਸਿਆ ਹੈ ਜਿਕਰ ਇਕਵੇਟਰ ਦੇ ਉੱਪਰ ਸੌਰੀ 90 ਡਿਗਰੀ ਨਾਰਥ ਜਾਂ ਸਾਊਥ ਦੇ ਵਿੱਚ ਜਾਵਾਂਗੇ ਤਾਂ ਉੱਥੇ ਸਪੀਡ ਜ਼ਿਆਦਾ ਹੋ ਜਾਊਗੀ ਕਿਉਂਕਿ ਉੱਥੇ ਜਿਹੜਾ ਕੋਣ ਛੋਟਾ ਹੈ ਓਕੇ ਨੈਕਸਟ ਹੈ ਨੈਕਸਟ ਹੈ ਜੀ ਪ੍ਰithvi ਦਾ ਧੁਰੀ ਦਾ ਝੁਕਾਓ ਕਿੰਨਾ ਹੈ ਧਰਤੀ ਜਿਹੜੀ ਹੈ ਪ੍ਰithvi ਜਿਹੜੀ ਹੈ ਉਹ ਕਿੰਨੇ ਡਿਗਰੀ ਦੇ ਉੱਪਰ ਝੁਕੀ ਹੋਈ ਹੈ ਤਾਂ 66 ਡਿਗਰੀ ਦੇ ਉੱਪਰ ਝੁਕੀ ਹੋਈ ਹੈ ਸਾਡੀ ਧਰਤੀ ਬਿਲਕੁਲ ਸਟ੍ਰੇਟ ਨਹੀਂ ਹੈ ਉਹਦੇ ਜਿਹੜੀ ਝੁਕਾਓ ਹੋਇਆ ਇਸ ਤਰੀਕੇ ਦਾ ਹੈ ਠੀਕ ਹੈ ਯਾਨੀ ਕਿ ਇਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਸੂਰਜ ਦੇ ਦਿਵਾਲੇ ਇਸ ਕਰਕੇ ਸਾਡੇ 66 ਡਿਗਰੀ ਦਾ ਕੋਣ ਬਣਾਉਂਦੀ ਹੈਗੀ ਓਕੇ ਇਸ ਤਰਤੀ ਨੋਸੀ ਇਸ ਤਰੀਕੇ ਨਾਲ ਅਕਾਊਂਟ ਕਰਦੇ ਹੈਗੇ ਇਸ ਤਰੀਕੇ ਦੇ ਨਾਲ ਕਰਦੇ ਆ ਓਕੇ ਨੈਕਸਟ ਹੈ ਜੀ ਧਰ ਧਰੁਵ ਤਰਾ ਸੰਕੇਤ ਹੈ ਜੀ ਉੱਤਰੀ ਧਰੁਵ ਦੇ ਵੱਲ ਠੀਕ ਹੈ ਜਾਨੀ ਕਿ ਜਦੋਂ ਵੀ ਤੁਸੀਂ ਆਕਾਸ਼ ਦੇ ਵਿੱਚ ਦੇਖੋਗੇ ਕਿ ਤੁਹਾਨੂੰ ਧਰੁਵ ਤਰਾ ਦਿਖਾਈ ਦਿੰਦਾ ਹੈ ਬਹੁਤ ਜ਼ਿਆਦਾ ਚਮਕੀਲਾ ਹੁੰਦਾ ਹੈ ਤਾਂ ਉਹ ਉੱਤਰ ਦੇ ਵਿੱਚ ਸਥਿਤ ਹੁੰਦਾ ਹੈ ਠੀਕ ਹੈ ਜਦੋਂ ਵੀ ਅਸੀਂ ਉਹ ਦੇਖਦੇ ਹਾਂ ਤਾਂ ਮਤਲਬ ਅਸੀਂ ਇਹ ਕਿ ਉੱਤਰ ਦੇ ਵੱਲ ਦੇਖ ਰਹੇ ਹੈਗੇ ਨੈਕਸਟ ਹੈ ਧਰਤੀ ਦੇ ਚੁਕਾਓ ਦੇ ਪ੍ਰਭਾਵ ਹਨ ਤੱਤੀ ਦਾ ਜਿਹੜਾ ਝੁਕਾਓ ਹੈ ਉਹ ਤੇ ਪ੍ਰਭਾਵ ਕੀ ਪੈਂਦੇ ਨੇ ਤਾਂ ਇਹਦੇ ਕਾਰਨ ਕਰਕੇ ਹੀ ਮੌਸਮ ਬਦਲਦੇ ਹੈਗੇ ਨੇ ਦਿਨ ਰਾਤ ਛੋਟੇ ਵੱਡੇ ਹੁੰਦੇ ਹੈਗੇ ਨੇ ਤੇ ਤਾਪਮਾਨ ਦੇ ਵਿੱਚ ਅੰਤਰ ਪੈਂਦਾ ਹੈ ਕਿਉਂਕਿ ਧਰਤੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਝੁਕੀ ਹੋਈ ਹੈ ਉਹ ਸੂਰਜ ਦੇ ਦਵਾਰ ਜਦੋਂ ਘੁੰਮਦੀ ਹੈ ਕਦੇ ਤਾਂ ਉਹਦਾ ਇਹ ਪਾਸਾ ਸਾਹਮਣੇ ਆ ਜਾਂਦਾ ਹੈ ਕਦੇ ਇਹ ਪਾਸਾ ਸਾਹਮਣੇ ਆ ਜਾਂਦਾ ਹੈ ਇਸ ਕਰਕੇ ਫਿਰ ਦਿਨ ਰਾਤ ਮੌਸਮ ਅਤੇ ਤਾਪਮਾਨ ਦੇ ਵਿੱਚ ਅੰਤਰ ਹੁੰਦਾ ਰਹਿੰਦਾ ਹੈ ਧਰਤੀ ਦੇ ਘੁੰਮਣ ਦਾ ਸਬੂਤ ਸਭ ਤੋਂ ਪਹਿਲਾਂ ਕਿਸ ਨੇ ਦਿੱਤਾ ਸੀ ਜੀ ਨਿਊਟਨ ਨੇ ਦਿੱਤਾ ਸੀਗਾ ਕਿ ਧਰਤੀ ਘੁੰਮ ਰਹੀ ਹੈ ਨੈਕਸਟ ਹੈ ਜੀ ਧਰਤੀ ਦੇ ਉੱਪਰ ਚੁੰਬਕੀਪਣ ਕਿਸ ਕਾਰਨ ਆਉਂਦਾ ਹੈ ਤੇ ਇਹਦੇ ਕਾਰਨ ਨੇ ਦਿਨਕ ਗਤੀ ਦੇ ਕਾਰਨ ਕਿਉਂਕਿ ਉਹਦੀ ਸਪੀਡ ਦੇ ਨਾਲ ਘੁੰਮਦਾ ਹੈ ਤਾਂ ਉਹਦੇ ਵਿੱਚ ਚੁੰਬਕੀ ਜਿਹੜੀ ਸ਼ਕਤੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ ਨੈਕਸਟ ਹੈ ਜੀ ਜਵਾਰ ਭਾਟੇ ਦਾ ਕਾਰਨ ਹੈ ਜੀ ਸੋ ਜਵਾਰ ਭਾਟੇ ਦਾ ਕਾਰਨ ਹੈ ਦਿਨਕ ਗਤੀ ਕਿਉਂਕਿ ਦਿਨਕ ਗਤੀ ਦੇ ਕਾਰਨ ਕਰਕੇ ਜਿਹੜਾ ਹੈ ਜਵਾਰ ਭਾਟੇ ਉਂਦੇ ਰਹਿੰਦੇ ਹੈ ਕਿ ਨਹੀਂ ਠੀਕ ਹੈ ਇਸ ਕਾਰਨ ਕਰਕੇ ਜਿਹੜਾ ਗੁਰਤਾਕਰਸ਼ਨ ਵੀ ਬੰਦਾ ਹੈ ਉਹ ਵੀ ਫੈਕਟਰ ਹੈ ਕਿਉਂਕਿ ਗੁਰਤਾਕਰਸ਼ਨ ਦੇ ਕਾਰਨ ਕਰਕੇ ਪਾਣੀ ਜਿਹੜਾ ਹੈ ਚੰਦ ਤੇ ਸੂਰਜ ਦੇ ਬਲ ਖਿੱਚਿਆ ਜਾਂਦਾ ਹੈ ਇਸ ਕਾਰਨ ਕਰਕੇ ਜਵਾਰ ਪਟਿਆ ਹੁੰਦੇ ਹੈ ਕਿ ਨਹੀਂ ਬਟ ਪ੍ਰਮੁੱਖ ਕਾਰਨ ਜਿਹੜਾ ਉਹ ਦਿਨਕ ਗਤੀ ਹੈ ਕਿਉਂਕਿ ਘੁੰਮਣ ਦੇ ਨਾਲ ਵੀ ਜਿਹੜਾ ਉਹ ਦੇ ਉੱਪਰ ਪ੍ਰਭਾਵ ਪੈਂਦਾ ਹੈ ਦਿਨ ਦੇ ਵਿੱਚ ਕਿੰਨੇ ਵਾਰ ਨਿਮਨ ਤੇ ਉੱਚ ਜਵਾਰ ਪਟ ਆਉਂਦਾ ਹੈਗਾ ਇੱਕ ਵਾਰੀ ਜਿਵੇਂ ਕਹਿ ਸਕਦੇ ਹਾਂ ਕਿ ਉੱਠ ਜਾਂਦਾ ਹੈ ਉਹਨੂੰ ਉੱਚਾ ਕਿਹਾ ਜਾਂਦਾ ਹੈ ਤੇ ਜਦੋਂ ਹੁ ਨੀਵਾ ਆਉਂਦਾ ਹੈ ਇਸ ਤਰੀਕੇ ਦੇ ਨਾਲ ਉਸਨੂੰ ਕਿਹਾ ਜਾਂਦਾ ਹੈ ਨਿਮਨ ਓਕੇ ਇਹਨਾਂ ਨੇ ਪੁੱਛਿਆ ਕਿ ਕਿੰਨੇ ਵਾਰ ਨਿਮਨ ਤੇ ਕਿੰਨੇ ਵਾਰ ਉੱਚ ਆਉਂਦਾ ਹੈ ਤਾਂ ਦੋ ਵਾਰ ਜਿਹੜਾ ਦਿਨ ਦੇ ਵਿੱਚ ਆਉਂਦਾ ਹੈ ਦੋ ਵਾਰ ਹੀ ਨਿਮਨ ਤੇ ਦੋ ਵਾਰ ਹੀ ਉੱਚ ਨੈਕਸਟ ਹੈ ਕਿੰਨੇ ਸਾਲ ਬਾਅਦ ਲੀਪ ਵਾਲਾ ਸਾਲ ਮਨਾਇਆ ਜਾਂਦਾ ਹੈ ਤਾਂ ਹਰ 4 ਸਾਲਾਂ ਬਾਅਦ ਜਿਹੜਾ ਹੈ ਲੀਪ ਵਾਲਾ ਸਾਲ ਮਨਾਇਆ ਜਾਂਦਾ ਹੈ ਕਿਉਂਕਿ ਧਰਤੀ ਜਿਹੜੀ ਹੈ 365 1/4 ਦਿਨਾਂ ਦੇ ਵਿੱਚ ਇਹ ਚੱਕਰ ਪੂਰਾ ਕਰਦੀ ਹੈ ਠੀਕ ਹੈ ਤਾਂ ਉਹਨੂੰ ਪੂਰਾ ਕਰਨ ਦੇ ਲਈ ਜਿਹੜਾ 1/4 ਹੈ ਚੌਥੇ ਸਾਲੋਂ ਪੂਰਾ ਕਰ ਲੈਂਦਾ ਹੈ ਜਿਦੇ ਦੌਰਾਨ 366 ਦਿਨ ਹੋ ਜਾਂਦੇ ਹੈਗੇ ਉਸ ਸਾਲ ਦੇ ਵਿੱਚ ਚੌਥੇ ਸਾਲ ਠੀਕ ਹੈ ਉਹ ਨੂੰ ਅਸੀਂ ਈਲੀਪ ਵਾਲਾ ਸਾਲ ਕਹਿੰਦੇ ਹੈਗੇ ਆ ਅਤੇ ਈਲੀਪ ਵਾਲਾ ਸਾਲ ਜਿਹੜਾ ਹੈ ਲਾਸਟ ਕਿਹੜਾ ਸੀ ਜੀ 2020 ਸੀਗਾ ਠੀਕ ਹੈ ਇਸ ਤੋਂ ਪਹਿਲਾਂ 2016 ਸੀਗਾ ਤੇ ਆਉਣ ਵਾਲਾ ਜਿਹੜਾ ਹੈ ਉਹ 2024 ਹੈ ਜਿਹੜਾ ਈਲੀਪ ਵਾਲਾ ਸਾਲ ਰਹੂਗਾ ਨੈਕਸਟ ਹੈ ਈਲੀਪ ਵਾਲੇ ਸਾਲ ਦੇ ਵਿੱਚ ਕਿਹੜੇ ਮਹੀਨੇ ਦੇ ਵਿੱਚ 29 ਦਿਨ ਹੁੰਦੇ ਹੈਗੇ ਜੀ ਸੋ ਇਹ ਫਰਵਰੀ ਦਾ ਮਹੀਨਾ ਹੁੰਦਾ ਹੈ ਵੈਸੇ ਫਰਵਰੀ ਜਿਹੜੀ ਹੈ ਉਹ 28 ਹੀ ਹੁੰਦੀ ਹੈ ਬਟ ਚੌਥੇ ਸਾਲ ਈਲੀਪ ਵਾਲੇ ਸਾਲ ਦੇ ਵਿੱਚ ਫਰਵਰੀ ਦੇ ਵਿੱਚ 29 ਦਿਨ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਹੈ ਜਿਨੇ ਓਕੇ ਸੀਸ ਜੀ ਅੱਜ ਦੇ ਸਾਡੇ MCQ ਸੋ ਉਮੀਦ ਕਰਦਾ ਕਿ ਸਰੰਦਲੀ ਹੈਲਪਫੁਲ ਰਹੇ ਹੋਣਗੇ ਸਭ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ